What the hell is going on, Mr. Sharma? ਕੀ ਸਮਝਦੇ ਹੋ ਤੁਸੀਂ? ਇਹ ਸਾਰੀਆਂ ਗੱਲਾਂ ਨਾਲ ਪੁਲਿਸ ਡਿਪਾਰਟਮੈਂਟ ਦਾ ਸ਼ਾਨੋ ਸ਼ੌਕਤ ਬਹੁਤ ਉੱਚਾ ਹੋ ਰਿਹਾ ਹੈ? ਨਾਓ, ਇੱਕ ਗੱਲ ਮੈਨੂੰ ਸਮਝ ਨਹੀਂ ਆਉਂਦੀ ਕਿ ਸਾਡੇ ਡਿਪਾਰਟਮੈਂਟ ਦੇ ਲੋਕ ਨੌਕਰੀ ਸਰਕਾਰ ਦੀ ਕਰਦੇ ਆ ਤੇ ਗੁਲਾਮੀ ਮੁਜਰਮਾਂ ਦੀ ਕਰਦੇ ਆ। ਇਟਸ ਨਾਟ ਪੋਸੀਬਲ। ਸਰ, ਸ਼ੱਕਤਾ ਮੈਨੂੰ ਵੀ ਸੀ, ਹੁਣ ਮੈਂ ਇਹਦੀ ਇਨਕੁਆਇਰੀ ਛੇਤੀ ਤੋਂ ਛੇਤੀ ਕਰਾਵਾਂਗਾ। ਨੋ ਇਨਕੁਆਇਰੀ, ਆਈ ਵਾਂਟ ਰਿਜ਼ਲਟਸ ਮਿਸਟਰ ਸ਼ਰਮਾ, ਡੂ ਯੂ ਅੰਡਰਸਟੈਂਡ ਦੈਟ? ਰਾਈਟ ਸਰ। ਸਰ, ਮਿਸਟਰ ਸਿੱਧੂ, ਸਿਟ ਡਾਊਨ ਸਨ। ਯੂ ਆਰ ਅ ਹੈਂਡਸਮ ਲੁਕਿੰਗ ਬੋਏ। ਆਈ ਥੈਂਕ ਯੂ ਸਰ। ਮਾਈ ਡੀਅਰ, ਤੇਰੇ ਵਰਗੇ ਆਫੀਸਰਸ ਕਰਕੇ ਹੀ ਪੁਲਿਸ ਡਿਪਾਰਟਮੈਂਟ ਦਾ ਨਾਮ ਰੋਸ਼ਨ ਹੈ। ਯੂ ਨੋ, ਸਿੱਧੂ ਦੇ ਆਉਣ ਤੋਂ ਪਹਿਲਾਂ ਸਿੱਧੂ ਦੇ ਚਰਚੇ ਪਹੁੰਚ ਹੀ ਗਏ। ਸਰ, ਐਸੇ ਕਰਕੇ ਤਾਂ ਇਹਦੀ ਹਰ ਤੀਸਰੇ ਮਹੀਨੇ ਬਾਅਦ ਟ੍ਰਾਂਸਫਰ ਹੋ ਜਾਂਦੀ ਹੈ। ਮਿਸਟਰ ਸ਼ਰਮਾ, ਮਾਈਂਡ ਯੋਰ ਟੰਗ ਪਲੀਜ਼। ਸਰ, ਇਹ ਤਾਂ ਵਾਰਨਿੰਗ ਆਉਣਾ ਲੋਕਾਂ ਲਈ ਜਿਹੜੇ ਮਹਿਕਮੇ 'ਚ ਰਹਿ ਕੇ ਮਹਿਕਮੇ ਦੀ ਖਿਲਾਫਤ ਕਰਦੇ ਨੇ। ਮਿਸਟਰ ਸਿੱਧੂ, ਮੇਰਾ ਇੱਕ ਮਸ਼ਵਰਾ ਹੈ ਤੈਨੂੰ, ਆਪਣੇ ਗੁੱਸੇ 'ਤੇ ਥੋੜ੍ਹਾ ਕੰਟਰੋਲ ਰੱਖੀਂ, ਕਾਬੂ 'ਚ ਰੱਖੀਂ। ਯੂ ਨੋ ਵਾਏ? ਇਸ ਇਲਾਕੇ ਦੇ ਵਿੱਚ ਮੁਜਰਮਾਂ ਨੂੰ ਸਫੇਦ ਪੋਸ਼ਾਂ ਦੀ ਸ਼ੈ। ਥੈਂਕ ਯੂ ਸਰ ਇਤਿਹਾਸ ਦੱਸਣ ਲਈ। ਸਰ, ਮੈਂ ਇਹਨਾਂ ਦਾ ਅਤੀਤ ਤਾਂ ਨਹੀਂ ਸੁਧਾਰ ਸਕਦਾ, ਪਰ ਇਹਨਾਂ ਚਿੱਟਾ ਵੇਚਣ ਵਾਲੇ ਚਿੱਟ ਕੱਪੜੀਆਂ ਦੀਆਂ ਨਾਸਾਂ 'ਚ ਉਹ ਨਕੇਲ ਪਾਊਂਗਾ ਕਿ ਇਹਨਾਂ ਦੀਆਂ ਪੁਸ਼ਤਾਂ ਚਿੱਟੇ ਰੰਗ ਤੋਂ ਡਰਿਆ ਕਰਨਗੀਆਂ। ਆਈ ਲਾਈਕ ਯੋਰ ਸਪਿਰਿਟ। ਥੈਂਕ ਯੂ ਸਰ। ਇਸੇ ਕਰਕੇ ਤੈਨੂੰ ਇੱਥੇ ਬੁਲਾਇਆ ਹੈ। ਲੇਕਿਨ ਮਿਸਟਰ ਸਿੱਧੂ, ਜੋਸ਼ ਦੇ ਨਾਲ ਹੋਸ਼ ਬਹੁਤ ਜ਼ਰੂਰੀ ਹੈ। ਸਰ, ਜੋ ਵੀ ਕਦਮ ਚੱਕਣਾ, ਸੋਚ ਸਮਝ ਕੇ ਚੱਕਣਾ। ਸਰ, ਸੋਚਣ ਅਤੇ ਸਮਝਣ ਦਾ ਕੰਮ ਤਾਂ ਹੁਣ ਮੁਜ਼ਰਮਾਂ ਦਾ, ਕਿਉਂਕਿ ਸਿੱਧੂ ਆ ਗਿਆ। ਜਿਹੜਾ ਹਾਲ ਤੁਹਾਡਾ ਸੀ ਨਾ, ਉਹੀ ਹੁਣ ਹਾਲ ਤੁਹਾਡੇ ਮੁੰਡੇ ਦਾ ਹੈ। ਰੋਜ਼ ਤਿਆਰ ਹੋਣ ਵੇਲੇ ਵਾਂਚਾਂ ਮੈਨੂੰ ਹੀ ਮਾਰਨੀਆਂ ਨੇ, ਨਾਲੇ ਰੋਜ਼ ਹੀ ਤੁਹਾਡੀਆਂ ਬਦਲੀਆਂ ਹੁੰਦੀਆਂ ਰਹਿੰਦੀਆਂ ਸੀ। ਪੰਜਾਬ ਦੇ ਮੁੱਖ ਮੰਤਰੀ ਨੇ ਵੀ ਕੋਈ ਇੰਨਾ ਪੰਜਾਬ ਨਹੀਂ ਦੇਖਿਆ ਹੋਣਾ ਜਿੰਨਾ ਪੰਜਾਬ ਮੈਂ ਘੁੰਮ ਲਿਆ। ਮਾਤਾ ਜੀ, ਮੈਂ ਡੈਡ ਤੋਂ ਤਾਂ ਬੈਠ ਰਹੀ ਹਾਂ ਨਾ। ਹਾਂ ਬੇਟੇ, ਬੈਠਾ ਤਾਂ ਮੈਂ ਹੀ ਹਾਂ। ਓਹੋ, 6 ਮਹੀਨੇ 'ਚ ਇੱਕ ਵਾਰੀ ਬਦਲੀ ਹੁੰਦੀ ਸੀ ਮੇਰੀ, ਤੇ ਤੇਰੀ 3 ਮਹੀਨੇ 'ਚ ਇੱਕ ਵਾਰੀ। ਆਪਣੇ ਪੋਤੇ ਨੂੰ ਮੈਂ ਪੁਲਿਸ 'ਚ ਭਰਤੀ ਨਹੀਂ ਹੋਣ ਦੇਣਾ ਹੈਗਾ। ਜੇ ਆਹੀ ਹਾਲ ਰਿਹਾ ਨਾ ਤਾਂ ਉਹਦਾ ਤਾਂ 1.5 ਮਹੀਨੇ ਬਾਅਦ ਹੀ ਟ੍ਰਾਂਸਫਰ ਹੋ ਜਾਊਗਾ। ਇੰਨੇ ਲੰਮੇ ਚੱਕਰਾਂ 'ਚ ਕਾਹਨੂੰ ਪੈਂਦੇ ਹੋ, ਵਿਆਹ ਵਾਲੀ ਤਾਂ ਲੈ ਨਹੀਂ ਹੈ ਨੀ। ਚੱਲ ਛੱਡ। ਓਕੇ ਡੈਡ, ਮੈਂ ਚੱਲਦਾ। ਓਕੇ ਬਾਏ। ਮਾਰਦਾ ਤੈਨੂੰ ਸੁਣਿਆ ਨੀ, ਦੱਬ ਕੇ ਕੱਪੜਾ ਮਾਰ, ਬੋਰਡ ਸਾਫ਼ ਲੱਗਣਾ ਚਾਹੀਦਾ। 35,000 ਦਿੱਤਾ ਸੀ ਚੰਗਾ ਭਲਾ, 5,000 ਦਾ ਨੁਕਸਾਨ ਕਰਾਤਾ, ਪੁੱਛ ਵੀ ਨਹੀਂ ਸਕਦਾ। ਪੈਸੇ ਪੂਰੇ ਗਿਣ ਕੇ ਦਈ ਉਹ ਪੰਮਿਆਂ, ਜਦ ਤੱਕ ਪੈਸੇ ਪੂਰੇ ਗਿਣ ਕੇ ਜੇਬ 'ਚ ਨਾ ਪਾ ਲਵਾਂ, ਮਿੱਤਰਾਂ ਦੀ ਕਬਜ਼ ਨਹੀਂ ਟੁੱਟਦੀ। ਉਹ ਯਾਰ, ਤੂੰ ਆਪਣੀਆਂ ਹੀ ਮਾਰੀ ਜਾਂਦਾ, ਅੱਗੇ ਹੀ ਟੈਨਸ਼ਨ, ਨਵੇਂ ਸਾਹਿਬ ਆਏ ਨੇ। ਗੱਲ ਸੁਣੇ ਪੰਮਿਆਂ, ਹੱਕ ਦੀ ਕਮਾਈ ਖਾਇਆ ਕਰ, ਦਿਨ ਆਪੇ ਚੰਗੇ ਆ ਜਾਣਗੇ, ਸਮਝਿਆ ਤੂੰ? ਓਏ ਤੂੰ ਆਰਾਮ ਕਰ, ਓਏ ਘਰ ਜਾ ਕੇ। ਓਏ ਤਾਂ ਪੰਜ ਆਓ ਪੰਮਿਆਂ, ਕੇਹਰ ਸਿੰਘ ਤਾਂ ਕਹਿੰਦਾ ਸੀ ਜੇ ਮੁੰਡਾ ਬਰੀ ਹੋ ਗਿਆ ਤਾਂ ਰਜਾ ਦੂੰਗਾ। ਓਏ ਦੇਖ, ਕੁੜੀ ਦਾ ਵਿਆਹ ਕਰਨਾ, ਅਗਲੇ ਆਲਟੋ ਮੰਗਦੇ ਆਲਟੋ। ਦਿੰਦਾ ਵੀ ਕੁਝ ਨੀ ਸਾਲਿਆ, ਜਿੱਡਾ ਕ ਤੇਰਾ ਕੱਦ ਹੈ, ਪੈਸੇ ਵੀ ਉਨੇ ਕ ਚੱਕੀ ਫਿਰਦਾ। ਲੈ ਫੜ, ਬਣਦੇ ਇਹਨਾਂ ਚ। ਅੱਛਾ ਜੀ, ਥੈਂਕ ਯੂ ਸਰ। ਐਸ ਐਚ ਓ ਸਾਹਿਬ ਕਾਹਨੂੰ ਲੈਂਦੇ ਛੋਟੀ ਮੋਟੀ ਭੇਟ, ਇਹਨਾਂ ਦਾ ਗੋਡਫਾਦਰ ਦਾ ਵੱਡਾ ਬੰਦਾ ਹੈ। ਪਰ ਹੁਣ ਸ਼ਹਿਰ 'ਚ ਸਾਰਿਆਂ ਦਾ ਬਾਪ ਆ ਗਿਆ, ਐਸ ਪੀ ਇੰਦਰਪਾਲ ਸਿੰਘ ਸਿੱਧੂ। ਜ਼ਰਾ ਧਿਆਨ ਨਾਲ ਬਾਈ ਜੀ, ਐਸ ਪੀ ਸਾਹਿਬ ਜਿੱਥੇ ਜਿੱਥੇ ਜਾਂਦੇ ਆ ਨਾ, ਉੱਥੇ ਕੋਈ ਸਾਲ ਸਾਲ ਰਿਸ਼ਵਤ ਨਹੀਂ ਲੈਂਦਾ। ਓਏ ਛੱਡ ਯਾਰ, ਇੱਥੇ ਕਈ ਆਏ ਕਈ ਗਏ, ਇਹ ਲੈਣ ਦੇਣ ਦਾ ਕੰਮ ਤਾਂ ਆਈ ਚੱਲਦਾ ਰਹਿਣਾ, ਇਹ ਨਹੀਂ ਮੁੱਕਣਾ। ਸਹੀ ਗੱਲ ਆ। ਗੁਰਪ੍ਰੀਤ, ਆ ਬੋਰਡ ਬੂਰਡ ਚੱਕ ਕੇ ਬਾਹਰ ਲਵਾ ਤੇ ਆ ਚੋਰਜਿਆਂ ਨੂੰ ਅੰਦਰ ਲੰਮਾ ਪਾ। ਓ ਯਾਰ ਸਾਹਿਬ ਦੇ ਆਉਣ ਦਾ ਟਾਈਮ ਹੋ ਗਿਆ। ਆਹੋ, ਬੋਰਡ ਚੱਕੋ ਤੇ ਬਾਹਰ ਲਾਓ। ਆ ਲੈ ਫੜੇ ਪੇਪਰ।
ਸ੍ਰੀਕਾਲ ਜੈ ਹਿੰਦ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੈ ਹਿੰਦ ਸਤਿ ਸ੍ਰੀ ਅਕਾਲ ਬੜੇ ਭਾਗਾਂ ਵਾਲੇ ਨੇ ਉਹ ਲੋਕ ਜਿਨ੍ਹਾਂ ਨੂੰ ਇਸ ਮੁਲਕ 'ਚ ਨੌਕਰੀ ਮਿਲਦੀ ਹੈ ਅਤੇ ਬੁਢਾਪੇ 'ਚ ਪੈਨਸ਼ਨ ਸੌ ਤੋਂ ਹਜ਼ਾਰ ਹਜ਼ਾਰ ਤੋਂ ਲੱਖ ਲੱਖ ਤੋਂ ਕਰੋੜ ਕਮਾਉਣ ਦੀ ਆਦਮੀ ਦੀ ਲਾਲਸਾ ਕਦੇ ਮੁੱਕਦੀ ਨਹੀਂ ਅੱਜ ਤੋਂ ਇਸ ਲਾਲਸਾ ਨੂੰ ਲਗਾਮ ਦਿਓ ਚੋਰੀ ਅਤੇ ਰਿਸ਼ਵਤਖੋਰੀ ਮੇਰੇ ਸ਼ਬਦ ਕੋਸ਼ 'ਚ ਹੈ ਨਹੀਂ ਜਿੰਨੇ ਵੀ ਸ਼ਹਿਰ ਦੇ ਦੋ ਨੰਬਰੀ ਠੱਗ ਚੋਰ ਅਤੇ ਸਫੈਦਪੋਸ਼ ਇਸ ਮਹਿਕਮੇ ਨਾਲ ਰਲੇ ਹੋਏ ਨੇ ਉਹਨਾਂ ਨੂੰ ਅਲਰਟ ਕਰ ਦਿਓ ਸਿੱਧੂ ਆ ਗਿਆ ਸਿੱਧੂ ਆ ਗਿਆ ਸਿੱਧੂ ਆ ਗਿਆ ਜਨਾਬ ਬੜਾ ਰਿਸਕ ਲੈ ਕੇ ਮਾਲ ਕਢਾਇਆ ਅੰਦਰੋਂ ਆ ਚੱਕੋ ਸਰਕਾਰੀ ਰਾਹਦਾਰੀ ਅਤੇ ਮਾਲ ਜਿੱਥੇ ਮਰਜ਼ੀ ਲੈ ਜਾਓ ਆਹ ਤਾਂ ਕਮਾਲ ਕੀਤੀ ਜਗਰੂਪ ਜਾਂ ਵਾਹ ਬਈ ਵਾਹ ਤੈਨੂੰ ਕੀ ਲੱਗਦਾ ਤੈਨੂੰ ਕਿੰਨਾ ਕੁ ਇਨਾਮ ਮਿਲਣਾ ਚਾਹੀਦਾ ਸਰ ਮੈਂ ਕੀ ਕਹਾਂ ਜੋ ਦੇਣਾ ਦੇ ਦਿਓ ਬਸ ਇਨਾਮ ਦੇਣ ਤੋਂ ਪਹਿਲਾਂ ਇਹ ਸੋਚ ਲਿਓ ਕਿ ਸਰਕਾਰੀ ਡਿਪਾਰਟਮੈਂਟ ਨਾਲ ਗੱਦਾਰੀ ਕਰਨੀ ਬੜੀ ਮਹਿੰਗੀ ਪੈਂਦੀ ਆਹ ਜਿਹੜੀ ਪੁਲਿਸ ਦੀ ਨੌਕਰੀ ਹੈ ਨਾ ਜੇ ਬੰਦਾ ਗੱਦਾਰੀ ਨਾ ਕਰੇ ਤਾਂ ਘਰ ਚਲਾਉਣਾ ਔਖਾ ਹੋ ਜਾਂਦਾ ਬੋਲ ਵੀ ਹੁਣ ਲੱਖ ਕੁ ਤਾਂ ਪੜ੍ਹਦਾ ਹੀ ਹੈ ਜੀ ਕਾਕੇ ਤੇਰਾ ਉਹਦਾ ਛੋਟਾ ਸੋਚ ਤੇ ਵੱਡੀ ਲੱਗ ਸਕਦਾ ਹੈ ਲੱਖ ਗਿਆ ਸੀ ਲਿਫਾਫਾ ਭਾਰੀ ਹੈ ਉਹ ਤਾਂ ਹੈਲੋ ਦਿੱਲੀਓਂ ਫੋਨ ਹੈ ਵੈਸੇ ਮੈਂ ਦੱਸਦਿਆਂ ਤੁਹਾਡਾ ਮਾਲ ਨਵੇਂ ਐਸ ਪੀ ਨੇ ਫੜਿਆ ਸੀ ਬੜਾ ਹੀ ਅੱਖੜ ਕਿਸਮ ਦਾ ਬੰਦਾ ਹੈ ਉਹਨੇ ਤਾਂ ਪੁਲਿਸ ਵਾਲਿਆਂ ਨੂੰ ਵੀ ਨਹੀਂ ਛੱਡਿਆ ਤੇ ਸ਼ਹਿਰ ਦੇ ਸਾਰੇ ਗੁੰਡਿਆਂ ਨੂੰ ਧਮਕੀ ਦਿੱਤੀ ਹੈ ਤੁਸੀਂ ਤਾਂ ਹਜ਼ੂਰ ਹੋ ਦਰਬਾਰੇ ਦੇ ਦਰਬਾਰ 'ਚ ਮੱਥਾ ਟੇਕਣ 'ਤੇ ਉਹਨੂੰ ਆਉਣਾ ਹੀ ਪੈਣਾ ਜਨਾਬ ਮੁਬਾਰਕਾਂ ਬਾਈ ਮੁਬਾਰਕਾਂ ਪਾਰਟੀ ਪ੍ਰਧਾਨ ਨੇ ਐਮ ਪੀ ਦੀ ਟਿਕਟ ਕੱਟਤੀ ਤੁਹਾਡੀ ਟਿਕਟ ਪੱਕੀ ਤੇ ਫਿਰ ਜਿੱਤ ਪੱਕੀ ਨਾਲੇ ਬਾਈ ਸਾਹਮਣੇ ਸਾਲਾ ਕੌਣ ਖੜਾਊ ਮਰਨਾ ਲੈ ਬਾਈ ਹੁਣ ਤੂੰ ਬਣੇਗਾ ਹੋਮ ਮਿਨਿਸਟਰ ਤੇ ਮੈਂ ਬਣੂੰਗਾ ਚੀਫ ਮਿਨਿਸਟਰ ਤੇ ਮੈਂ ਬਣਾਂਗਾ ਐਸ ਪੀ ਹੋਰ ਗੱਲਾਂ ਦੀਆਂ ਗੱਲਾਂ ਆਪਣਾ ਰੋਕੀ ਬਾਈ ਟਾਈਮ ਦਾ ਬੜਾ ਪਾਬੰਦਾ ਇਸ ਕੁੜੀ ਦੇ ਚੱਕਰਾਂ 'ਚ ਆਹੋ ਸੂਰਜ ਭਾਵੇਂ ਚੜ੍ਹਨੋਂ ਹਟ ਜਾਵੇ ਪਰ ਇਹ ਕਾਲਜ ਦੀ ਛੁੱਟੀ ਤੋਂ ਲੇਟ ਨਹੀਂ ਹੁੰਦਾ ਚੱਬਾ ਤੁਹਾਡੇ ਵੀਰ ਨੂੰ ਸੱਚਾ ਪਿਆਰ ਹੋ ਗਿਆ ਹਰ ਹਫ਼ਤੇ ਸੱਚਾ ਪਿਆਰ ਹੁੰਦਾ ਇਹਨੂੰ ਮੈਨੂੰ ਪਤਾ ਇਹਦੇ ਪਿਆਰ ਦੀ ਵੈਲਿਡਿਟੀ ਕਿੰਨੀ ਗਾਉਣੀ ਹੈ ਇੱਕ ਵਾਰ ਕਮਰੇ 'ਚ ਜਾਂਦੇ ਹੀ ਇਸ ਮੁਮਤਾਜ ਨੇ ਵੀ ਅਮਰਾ ਉਹ ਜਾਣ ਪਾਇਆ ਆ ਗਈ ਬਾਈ ਨੋਟਸ ਹੈਗੇ ਤੇਰੇ ਕੋਲ ਭੋਲੇ ਛੱਡ ਦੇ ਮੈਨੂੰ ਬਸ ਇੱਕ ਇਹੀ ਆਦਤ ਮਾੜੀ ਆ ਭੋਲੇ ਦੀ ਜੋ ਭੋਲੇ ਨੂੰ ਪਸੰਦ ਆ ਗਿਆ ਭੋਲਾ ਉਹਨੂੰ ਛੱਡਦਾ ਨਹੀਂ ਕਿਉਂ ਤੰਗ ਕਰਦਾ ਰਹਿਣਾ ਇਹਨੂੰ ਤੂੰ ਚੁੱਪ ਕਰ ਭੋਲੇ ਰੱਬ ਦੇ ਵਾਸਤੇ ਛੱਡ ਦੇ ਮੈਨੂੰ ਰੱਬ ਨੂੰ ਮੰਨਾਂਗੇ ਬੁੜੇ ਹੋ ਕੇ ਜਦੋਂ ਤੱਕ ਜਵਾਨੀ ਕਾਇਮ ਆ ਓਏ ਉਦੋਂ ਤੱਕ ਤਾਂ ਭੋਲੇ ਨੇ ਤੇਰੇ ਜਿਹਾ ਹੀ ਰੰਗ ਰੂਪ ਪੀਣਾ ਆ ਜਾ ਚੱਲ ਕੁੜੇ ਓਏ ਰੋਮੀਓ ਇਹ ਨਾਟਕ ਦੁਬਾਰਾ ਨਹੀਂ ਹੋਣਾ ਚਾਹੀਦਾ ਪਾਈ ਦਿਮਾਗ 'ਚ ਇਹ ਇਲਾਕਾ ਸਿੱਧੂ ਦਾ ਐਸ ਪੀ ਸਿੱਧੂ
चल खेड़ जाके। ਉਹ ਤੇਰੇ ਵਰਗੇ ਐਸ ਪੀ ਸਾਡੇ ਘਰੇ ਆ ਕੇ ਗੱਡੀਆਂ 'ਤੇ ਕੱਪੜੇ ਮਾਰਦੇ ਆ, ਮਾਲਸ਼ਾਂ ਕਰਦੇ ਆ, ਗੋਡੇ ਘੁੱਟਦੇ ਆ। ਓਏ ਤੇਰੀ ਸਾਰੀ ਪੁਲਿਸ ਸਾਡੇ ਬਾਪੂ ਦੀ ਜੇਬ 'ਚ ਆ ਵੱਡਾ ਐਸ ਪੀ। ਐਕਸਕਿਊਜ਼ ਮੀ ਮੈਮ। ਹਾਂਜੀ। ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ। ਬਚਿੱਤਰ ਸਿੰਘ ਵਾਲਾ ਕੇਸ ਤਾਂ ਮੈਂ ਸਰ ਨੂੰ ਦਿੱਤਾ ਸੀ। ਓਹੋ ਮੈਡਮ, ਇੱਕ ਤਾਂ ਤੁਹਾਡੇ ਕੇਸਾਂ ਨੇ ਮੇਰੀ ਮੱਤ ਮਾਰ ਲੈਣੀ ਹੈ ਯਾਰ, ਹੋਰ ਵੀ 100 ਗੱਲਾਂ ਹੁੰਦੀਆਂ ਕਰਨ ਵਾਲੀਆਂ। ਨਾ ਤੂੰ ਸਾਲਿਆ 100 ਦੀਆਂ 100 ਅੱਜ ਹੀ ਕਰਨੀਆਂ ਨੇ, ਜਿਹੜੀ ਇੱਕ ਅੱਧੀ ਕਰਨੀ ਕਰਕੇ ਤੁਰਦਾ ਬਣ, ਹੈ ਨਾ ਜੀ। ਕੀ ਓ ਮੈਡਮ, ਤੁਸੀਂ ਮੇਰੇ ਵੱਲ ਧਿਆਨ ਦਿਓ, ਸਿਰਫ ਮੇਰੇ ਵੱਲ ਧਿਆਨ ਦਿਓ। ਐਕਚੁਅਲੀ ਮੈਂ ਤੁਹਾਨੂੰ ਇੱਕ ਗੱਲ ਕਹਿਣੀ ਚਾਹੁੰਦਾ ਸੀ। ਦੱਸੋ ਮੈਡਮ, ਜਿੱਦਣ ਤੁਸੀਂ ਥਾਣੇ 'ਚ ਹੁੰਦੇ ਨਾ, ਧਰਮ ਨਾ ਥਾਣਾ ਮਹਿਕਾ ਮਾਰਦਾ। ਤੇ ਜਦੋਂ ਮੈਡਮ ਇਹ ਥਾਣੇ 'ਚ ਆਉਂਦਾ ਨਾ, ਥਾਣਾ ਫਰਨੈਲ ਨਾਲ ਧੋਣਾ ਪੈਂਦਾ। ਮੈਡਮ ਇਹਨੂੰ ਮੂੰਹ ਨਾ ਲਾਇਓ। ਕਿਉਂ, ਕਰੰਟ ਮਾਰਦਾ? ਕਰੰਟ ਨਹੀਂ ਮਾਰਦਾ, ਚਬਲ ਮਾਰਦਾ। ਐਕਚੁਅਲੀ ਮੈਡਮ ਇਹ ਤੁਹਾਨੂੰ ਉਦਾਂ ਨਹੀਂ ਦੇਖਦਾ। ਕਿੱਦਾਂ ਦੇਖਦਾ ਫਿਰ? ਜਿੱਦਾਂ ਮੈਂ ਦੇਖਦਾ। ਤੁਹਾਡੇ ਦੋਹਾਂ ਦੀਆਂ ਜਾ ਕੇ ਕਰਤੂਤਾਂ ਮੈਂ ਆਈਪੀਐਸ ਨੂੰ ਦੱਸਦੀ ਆ। ਮੇਰੀਆਂ ਨਾ ਦੱਸਿਓ ਜੀ, ਇਹਦੀਆਂ ਤਾਂ ਪਤਾ ਹੀ ਆ। ਤੁਸੀਂ ਦੋਹੇ ਜਾਂਦੇ ਹੋ ਕਿ ਨਹੀਂ ਇੱਥੋਂ? ਉਹ ਤਾਂ ਮੈਨੂੰ ਕਰਾ। ਭੱਜੋ ਇੱਥੋਂ। ਬੁਲਾਓ ਵੇ ਸਾਰਿਆਂ ਨੂੰ। ਯੈਸ ਸਰ। ਅਖਬਾਰ ਚ ਫੋਟੋਆਂ ਪਤਾ ਲੱਗੇ ਕਰਦਾ ਕੀ ਆ ਬਾਹਰ। ਜਨਾਬ ਤੁਸੀਂ ਵੀ ਆ ਜਾਓ ਫੋਟੋ ਚ, ਉਹੀ ਤਾਂ ਆਪਣੇ ਪ੍ਰਮੋਸ਼ਨ ਦੇ ਵੇਲੇ ਕੰਮ ਆਉਂਦੀ ਹੈ। ਮਿਸਟਰ ਸਿੰਘ ਤੁਸੀਂ ਆਪਣਾ ਕੰਮ ਕਰੋ। ਕਪੜਾ ਤੇ ਲਾਇਆ ਨੀ, ਮਜਨੂੰ ਦਾ ਮੂੰਹ ਤਾਂ ਦੇਖ ਲੋ ਕੌਣ ਹੈ ਵਿੱਚ ਇਹਦੇ। ਓ ਸ਼ਿਵਰਾਜ, ਇਹਦਾ ਮੂੰਹ ਕਰੋ ਨੰਗਾ। ਉਹ ਐ ਤਾਂ ਐਮਐਲਏ ਦਾ ਮੁੰਡਾ ਹੈ। ਕਿੱਧਰ ਗਏ? ਬੱਖੀਆਂ ਪੰਤੀਆਂ ਪਾਸੇ ਸੇਕ ਤੇ ਮੇਰੇ। ਹੁਣ ਮੈਂ ਪਾਪਾ ਨੂੰ ਬੁਲਾਉਣਾ ਤੇ ਦੱਸਦਾ ਉਹਨਾਂ ਨੂੰ ਕਿ ਕੀ ਕੀਤਾ ਮੇਰੇ ਨਾਲ। ਕੋਈ ਨਹੀਂ ਭੁੱਲਿਆ, ਛੋਟੀ ਜਿਹੀ ਸੱਟ ਹੈ, 2-4 ਦਿਨ 'ਚ ਠੀਕ ਹੋ ਜਾਊਗੀ। ਲਿਆਓ ਬਾਈ, ਜੂਸ ਪਿਲਾਓ ਇਹਨੂੰ। ਓਏ ਜੂਸ ਤਾਂ ਮੈਂ ਪੀਊਂਗਾ ਹੀ, ਪਹਿਲਾਂ ਉਹਨੂੰ ਜਾ ਕੇ ਦੱਸੋ ਕਿ ਮੈਂ ਕੌਣ ਹਾਂ। ਉਹਦੀ ਸੁਰਤ ਟਿਕਾਣੇ ਆ, ਮਾਰ ਮਾਰ ਕੇ ਪਾਸੇ ਪਾਉਂਦੇ ਤੇ ਮੇਰੇ। ਮੈਨੂੰ ਡੰਗਰਾਂ ਨੂੰ ਚੱਕ ਚੱਕ ਕੇ ਇੱਧਰ ਉੱਧਰ ਮਾਰਿਆ ਉਹਨੇ, ਜੋ ਮੇਰੀ ਹਾਲਤ ਕੀਤੀ। ਜੇ ਉਹਨੂੰ ਮੈਂ ਵੀ ਲੱਤਾਂ ਘੁੱਟਣ 'ਤੇ ਨਾ ਰੱਖਿਆ ਨਾ, ਤਾਂ ਮੇਰਾ ਨਾ ਭੋਲਾ ਨਹੀਂ। ਇਹ ਕਿਸਾਨ ਯੂਨੀਅਨ ਦੇ ਧਰਨੇ ਤੋਂ ਆਇਆ?
ਜਿਹੜਾ ਇਹਨੂੰ ਜੂਸ ਪਿਲਾਈਏ। ਇਹਨੂੰ ਦੱਸੋ ਜਰਾ ਮੈਂ ਕੌਣ ਆ, ਮੇਰੇ ਪਿਓ ਦਾ ਨਾਂ ਦੱਸੋ ਇਹਨੂੰ। ਲੱਕਾ ਰੱਬ ਦੇ ਪਿਓ ਨੂੰ। ਹੈਲੋ ਪਾਪਾ, ਪਾਪਾ ਮੈਂ ਭੋਲਾ, ਪਾਪਾ ਮੈਨੂੰ ਪੁਲਿਸ ਨੇ ਫੜ ਲਿਆ। ਹੈ ਪਾਪਾ, ਮੈਨੂੰ ਬਹੁਤ ਫੋਟ ਰਹੇ ਨੇ ਪਾਪਾ। ਮੈਨੂੰ ਕਿਹਦਾ ਦਿਮਾਗ ਖਰਾਬ ਹੋਇਆ ਜਿਹਨੇ ਐਮਐਲਏ ਨੇ ਛੱਤਰ ਦੇ ਮੁੰਡੇ ਨੂੰ ਹੱਥ ਪਾਇਆ? ਦਿਮਾਗ ਤਾਂ ਅਜੇ ਖਰਾਬ ਹੋਇਆ ਹੀ ਨਹੀਂ, ਇਹ ਤੋਂ ਪਹਿਲਾਂ ਕਿ ਹੋ ਜੇ ਬਾਪ ਦੇ ਬਲੂੰਗੜੇ ਨੂੰ ਲੈ ਜਾ। ਤਾਂ ਤੂੰ ਮੈਨੂੰ ਥਾਣੇ ਬੁਲਾਏਗਾ? ਜੇ ਤੂੰ ਜ਼ੁਰਮ ਕਰਦਾ ਤਾਂ ਤੇਰੇ ਪਿਓ ਨੂੰ ਵੀ ਬੁਲਾਉਣਾ ਸੀ। ਕਾਕਾ, ਜੇ ਤੈਨੂੰ ਪਤਾ ਹੁੰਦਾ ਤੂੰ ਕਿਹਦੇ ਨਾਲ ਗੱਲ ਕਰ ਰਹੇ ਹੈ ਤਾਂ ਇਸ ਵੇਲੇ ਤੈਨੂੰ ਆਪਣੀ ਵਰਦੀ ਦਾ ਫਿਕਰ ਹੁੰਦਾ। ਮੇਰਾ ਪੁੱਤ ਕਿੱਥੇ ਆ? ਮੇਰਾ ਭੋਲਾ ਕਿੱਥੇ ਆ? ਉਧਰ ਜੀ ਗੱਲ ਸੁਣੋ, ਤੇਰੇ ਹੁੰਦੇ ਹੋਏ ਮੇਰੇ ਪੁੱਤ ਨੂੰ ਅੰਦਰ ਕਰਨ ਦੀ ਹਿੰਮਤ ਕਿਵੇਂ ਕੀਤੀ? ਸਿੱਧੂ ਨੇ ਤੂੰ ਹੈ ਐਸਪੀ ਇੰਦਰਪਾਲ ਸਿੱਧੂ? ਤੂੰ ਕੌਣ ਓਏ? ਨਿਛੱਤਰ। ਤੇ ਤੂੰ ਹੈ ਐਮਐਲਏ ਨਿਛੱਤਰ? ਠੀਕ ਦਾ ਕਹਤੇ ਹੈ? ਤੂੰ ਠੀਕ ਨਹੀਂ ਕੀਤਾ ਐਸਪੀ। ਵੱਡੇ ਘਰਾਂ ਦੇ ਕਾਕੇ ਇਹੋ ਜਿਹੀਆਂ ਛੋਟੀਆਂ ਮੋਟੀਆਂ ਲੱਤਾਂ ਕਰਦੇ ਰਹਿੰਦੇ ਆ। ਜੇ ਕੁੱਤੇ ਦੀ ਪੂਛ ਨਲਕੀ ਸਿੱਧੀ ਨਾ ਹੋਵੇ ਤਾਂ ਆਪਰੇਸ਼ਨ ਕਰਨਾ ਪੈਂਦਾ। ਗੱਲ ਸੁਣ, ਜਿਹੜਿਆਂ ਹੱਥਾਂ ਨਾਲ ਤੂੰ ਮੇਰੇ ਭੋਲੇ ਦਾ ਆਪਰੇਸ਼ਨ ਕੀਤਾ ਨਾ, ਉਹੀ ਹੱਥ ਮੇਰੇ ਸਾਹਮਣੇ ਆਏ ਬੰਨੇਗਾ ਤੇ ਫਿਰ ਸਲੂਟ ਮਾਰੇਗਾ ਅੱਡੀਆਂ ਜੋੜ ਕੇ। ਜਿਹੜੇ ਲੋਕ ਸਿਹਤਮੰਦ ਸਮਾਜ ਦੀ ਸਿਰਜਣਾ ਕਰਦੇ ਆ ਉਹਨਾਂ ਲਈ ਹੱਥ ਸਲੂਟ ਬਣ ਜਾਂਦੇ ਆ, ਤੇ ਜਿਹੜੇ ਤੇਰੇ ਵਰਗੇ ਗੰਦਾ ਕਰਦੇ ਆ ਉਹਨਾਂ ਲਈ ਹੱਥ ਚਟਾਕੇ ਬਣ ਜਾਂਦੇ ਆ। ਦੇਖ ਲੂੰਗਾ ਤੈਨੂੰ। ਕੀ ਕਿਹਾ? ਦੇਖ ਲੂੰਗਾ ਤੈਨੂੰ। ਘਰੇ ਆ ਜਾਊ। ਚੱਲਿਆ ਕਿੱਥੇ ਆ? ਜਵਾਕ ਨਹੀਂ ਜਾਣਾ? ਓਏ ਮਿਸਟਰ ਜਗਰੂਪ ਸਿੰਘ, ਜਵਾਕ ਨੂੰ ਛੱਡ ਦਿਓ, ਮਾਫੀ ਦੀ ਅਰਜ਼ੀ ਲਿਖਾ ਲਿਓ। ਜੀ ਜਨਾਬ। ਇੰਦਰ ਮਾਂ, ਅੱਜ ਕਿੱਥੇ ਜਾ ਰਹੇ ਹੋ? ਤਿਆਰ? ਮੈਂ ਚੱਲਿਆ ਆਪਣੇ ਦੋਸਤ ਦੇ ਵਿਆਹ ਤੇ। ਓਹੋ, ਦੋਸਤਾਂ ਦੇ ਵਿਆਹਾਂ ਦੀਆਂ ਪਾਰਟੀਆਂ ਤਾਂ ਤੂੰ ਬਹੁਤ ਅਟੈਂਡ ਕਰ ਲਈਆਂ, ਪਰ ਹੁਣ ਇਹ ਦੱਸ ਉਹਨਾਂ ਨੂੰ ਕਦ ਸੱਦ ਰਹੇ? ਮਾਂ, ਮੈਨੂੰ ਪਤਾ ਹੁਣ ਮੇਰੀ ਪਿਆਰੀ ਮਾਂ ਕਿਆ ਕਹੂਗੀ। ਵੇ ਸਾਨੂੰ ਵੀ ਦਿਖਾ ਦੇ ਹੁਣ ਪੋਤੇ ਪੋਤੀਆਂ ਦਾ ਮੂੰਹ, ਕਦੋਂ ਲਿਆਉਣੀਆਂ ਹੁਣ ਨੂੰ। ਥੱਕੀਆਂ ਕੰਮ ਕਰ ਕਰਕੇ ਭਾਈ, ਸਾਂਭੋ ਆਪਣੇ ਘਰ ਦੀਆਂ ਚਾਬੀਆਂ, ਅਸੀਂ ਵੀ ਹੁਣ ਪੰਜਾਂ ਤਖਤਾਂ ਦੀ ਯਾਤਰਾ ਕਰ ਆਈਏ। ਚੱਲ ਚੁੱਪ ਕਰ, ਆ ਫੋਟੋਆਂ ਦੇਖ, ਦੇਖ ਤੈਨੂੰ ਕਿਹੜੀ ਕੁੜੀ ਪਸੰਦ ਹੈ, ਆ ਵੇਖ। ਓ ਮਾਂ, 25-30 ਸਾਲ ਲਾਦਨੀਆਂ ਮਾਂ ਪੁੱਤ ਨੂੰ ਪਾਲ ਕੇ ਜਵਾਨ ਕਰਨ 'ਚ, ਫਿਰ ਵਿਆਹ ਹੋ ਜਾਂਦਾ, ਫਿਰ ਨੂੰਹ ਆ ਜਾਂਦੀ ਹੈ, 25-30 ਦਿਨ ਬਾਅਦ ਵਿਚਾਰਿਆਂ ਦਾ ਤਕਰਾਰ ਸ਼ੁਰੂ ਹੋ ਜਾਂਦਾ, ਫਿਰ ਲੜਾਈ ਝਗੜੇ ਤਾਨੇ ਮਿਹਣੇ ਤਲਾਕ। ਮੇਰੀ ਮਾਂ ਦੇ ਬਰਾਬਰ ਕੋਈ ਬੋਲੇ ਮੈਂ ਬਰਦਾਸ਼ਤ ਨਹੀਂ ਕਰ ਸਕਦਾ। ਜਿਹੜੀ ਕੁੜੀ ਇਹਦੇ ਸੰਜੋਗ 'ਚ ਲਿਖੀ ਹੈ
ਉਹਨੂੰ ਇਹਦੇ ਨਾਲ ਮਿਲਾ ਦੇ। ਸਪਾਟ ਨੇ ਲਾਇਰ ਸਾਹਿਬ ਆਖੇ ਤੇਰਾ ਕੇਸ ਜਿੱਤੀ ਲਿੱਤਾ। ਜੀਜੂ ਕੋਚ ਤਾਂ ਜੱਜ ਸਾਹਿਬ ਤੁਹਾਡੀ ਸੁਣ ਲੈਂਦੇ ਨੇ ਪਰ ਪ੍ਰੀਤੀ ਅੱਗੇ ਤੁਹਾਡੀ ਇੱਕ ਨਹੀਂ ਚੱਲਣੀ। ਪੁੱਤਰ ਯੁਵਰਾਜ ਵਰਮਾਲਾ ਸ਼ੁਰੂ ਕਰੀਏ। ਹਾਂ ਪਾਪਾ ਬਸ 5 ਮਿੰਟ ਰੁਕ ਜਾਓ ਮੈਂ ਆਪਣੇ ਫਰੈਂਡ ਦੀ ਵੇਟ ਕਰ ਰਿਹਾ ਆਉਂਦਾ ਹੀ ਹੋਣਾ ਉਹ। ਕੌਣ ਹੈ ਭਰਾ ਜੀ ਥੋੜਾ ਰੁਕ ਜਾਂਦੇ ਆ। ਵੇਟ ਕਰ ਦੀ ਯੁਵਰਾਜ ਮਸਾ ਮਸਾ ਤਾਂ ਸਾਰੇ ਵਿਆਹ ਲਈ ਰਾਜੀ ਹੋਏ ਨੇ। ਲਓ ਆ ਗਿਆ। ਹਲਾ ਲੇਟ ਆਇਆ ਪਰ ਟਾਈਮ ਸਿਰ ਆ ਗਿਆ। ਦੇਖੋ ਇਹੋ ਗੁੰਡਾ ਲੱਗਦਾ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਬਾ ਜੀ। ਸਤਿ ਸ਼੍ਰੀ ਅਕਾਲ ਜੀ। ਲੈਟ ਮੀ ਇੰਟਰੋਡਿਊਸ ਮਾਈ ਬੈਸਟ ਫਰੈਂਡ ਇੰਦਰ। ਚਲੋ ਯੁਵਰਾਜ ਬੇਟਾ ਵਰਮਾਲਾ ਪਹਿਨਾਓ ਚਲੋ। ਪ੍ਰੀਤੀ ਹਾਂ ਤੂੰ ਇੱਕ ਮਿੰਟ ਇੱਧਰ ਆ। ਕੀ ਹੋਇਆ ਆ ਤਾਂ ਸਹੀ ਇਹਨੂੰ ਕੀ ਹੋ ਗਿਆ। ਓਹੋ ਕੀ ਹੋਇਆ ਪ੍ਰੀਤੀ ਇਹ ਯੁਵਰਾਜ ਦਾ ਫਰੈਂਡ ਹੈ। ਪਤਾ ਨਹੀਂ ਮੈਂ ਵੀ ਪਹਿਲੀ ਵਾਰ ਮਿਲੀ ਹਾਂ। ਨੂਰ ਕੀ ਗੱਲ ਹੋ ਗਈ। ਆਂਟੀ 2 ਮਿੰਟ ਪ੍ਰੀਤੀ ਤੇਰੇ ਕੋਲ ਹਜੇ ਵੀ ਟਾਈਮ ਹੈ ਤੂੰ ਵਿਆਹ ਲਈ ਮਨਾ ਕਰ ਦੇ ਨਹੀਂ ਤਾਂ ਬਹੁਤ ਪਛਤਾਏਂਗੀ। ਪਰ ਕਿਉਂ ਆ ਜਿਹੜਾ ਯੁਵਰਾਜ ਦਾ ਫਰੈਂਡ ਹੈ ਨਾ ਇਹ ਬਹੁਤ ਵੱਡਾ ਗੁੰਡਾ ਹੈ। ਮੈਂ ਯੁਵਰਾਜ ਨਾਲ ਵਿਆਹ ਕਰਾਉਣਾ ਉਹਦੇ ਫਰੈਂਡ ਨਾਲ ਨਹੀਂ। ਇਮੋਸ਼ਨਲ ਨਾ ਹੋ ਪ੍ਰੀਤੀ ਜਿਹੋ ਜਿਹੇ ਉਹਦੇ ਦੋਸਤ ਹੋਣੇ ਉਹੋ ਜਿਹੋ ਆਪ ਹੋਣਾ। ਮੈਂ ਤਾਂ ਇਹਨੂੰ ਬਥੇਰਾ ਸਮਝਾਉਂਦੀ ਰਹੀ ਇਹਨੇ ਕਿਹੜਾ ਮੇਰੀ ਮੰਨੀ। ਆਪਣੀ ਮਰਜ਼ੀ ਨਾਲ ਹੁਣੇ ਵਿਆਹ ਕਰਾਉਂਦੀ ਹੈ ਤਾਂ ਫੇਰ ਭੁਗਤੇ। ਤੈਨੂੰ ਪੂਰਾ ਯਕੀਨ ਹੈ ਕਿ ਉਹੀ ਮੁੰਡਾ ਹੈ। ਮੈਨੂੰ ਕੋਈ ਗਲਤੀ ਨਹੀਂ ਲੱਗੀ ਪ੍ਰੀਤੀ ਮੈਂ ਇਹਨੂੰ ਮਿਲ ਚੁੱਕੀ ਹਾਂ ਹਸਪੀਟਲ 'ਚ। ਨੂਰ ਪੁੱਤਰ ਕੀ ਗੱਲ ਹੋ ਗਈ ਕੋਈ ਪਰੇਸ਼ਾਨੀ ਵਾਲੀ ਗੱਲ ਹੈ। ਅੰਕਲ ਜੀ ਤੁਸੀਂ ਪਲੀਜ਼ ਇਸ ਮੁੰਡੇ ਨਾਲ ਪ੍ਰੀਤੀ ਦਾ ਵਿਆਹ ਨਾ ਕਰੋ। ਬਦਮਾਸ਼ਾਂ ਨਾਲ ਦੋਸਤੀ ਹੈ ਇਹਦੀ। ਇੱਕ ਮਿੰਟ ਯੁਵਰਾਜ ਮੈਂ ਤੇਰੇ ਨਾਲ ਵਿਆਹ ਨਹੀਂ ਕਰਾਉਣਾ। ਲਓ ਜੀ ਵਕੀਲ ਸਾਹਿਬ ਅਗਲੀ ਤਰੀਕ ਪੈ ਗਈ। ਬੜੀ ਜਲਦੀ ਨਹੀਂ ਦੱਸਤਾ ਫੇਰਿਆਂ ਵੇਲੇ ਦੱਸ ਦਿੰਦੀ। ਤੇਰਾ ਦਿਮਾਗ ਠੀਕ ਆ ਹੋਇਆ ਕੀ ਆ। ਬਸ ਮੈਂ ਕਹਿਤਾ ਨਾ ਮੈਂ ਵਿਆਹ ਨਹੀਂ ਕਰਾਉਣਾ। ਲਓ ਜੀ ਕੇਸ ਹੀ ਖਾਰਜ ਹੋ ਗਿਆ। ਪ੍ਰੀਤੀ ਕੁਝ ਗੱਲ ਤਾਂ ਪਤਾ ਲੱਗੇ ਕੀ ਗੱਲ ਹੋ ਗਈ। ਖਾਸ ਗੱਲ ਹੈ। ਅੱਛਾ ਗੱਲ ਸੁਣੋ। ਓ ਯਾਰ ਪਤਾ ਨਹੀਂ ਕੀ ਚੱਕਰ ਹੈ ਸਮਝ ਨਹੀਂ ਆਉਂਦੀ ਇਹਦੀ। ਕਮਲੀ ਇੱਕ ਮਿੰਟ ਇਹ ਮੇਰਾ ਦੋਸਤ ਆ ਸੁਪਰਿੰਟੈਂਡੈਂਟ ਆਫ ਪੁਲਿਸ ਇੰਦਰਪਾਲ ਸਿੰਘ ਸਿੱਧੂ। ਜ਼ਰੂਰੀ ਨਹੀਂ ਰੱਬ ਸਾਰਿਆਂ ਨੂੰ 16 ਕਲਾਂ ਸੰਪੂਰਨ ਬਣਾਵੇ। ਜ਼ਰੂਰੀ ਨਹੀਂ ਸ਼ਕਲ ਨਾਲ ਅਕਲ ਵੀ ਦੇਵੇ। ਐਕਸਕਿਊਜ਼ ਮੀ ਵਾਟ ਡੂ ਯੂ ਮੀਨ। ਸ਼ਕਲ ਤਾਂ ਸੋਹਣੀ ਹੈ। ਕੀ ਅਕਲ ਅਸੀਂ ਦੇ ਦਾਂਗੇ। ਆਓ ਆਪਾਂ ਕਾਰ ਸ਼ੁਰੂ ਕਰੀਏ। ਚਲੋ ਬੇਟਾ। ਕੋਈ ਹੋਰ ਨਾ ਹੁਣ ਪਾ
पांच फुट अठ इंच मंगदा कुड़ी बोले मुंडा सावने च रंगदा मुंडा पांच फुट अठ इंच मंगदा कुड़ी बोले मुंडा सावने च रंगदा ओ जिम गोरी ओ जिम गोरी ओ जिम गोरी कितने मरदी है निगरी उते ओ मुंडा मारदा कुड़ी दे मारदा कुड़ी दे बिगरी उते पालांगे हाय यारी उम्रां दी पालांगे एक बारी हाथ फड़ ले नी मूरे दुनिया लालांगे हाय मूरे दुनिया लालांगे मरदा कुड़ी दे बिगरी उत्ते लिफ्ट मांग के तू एदी गड्डी च जगह बना ली है हुण एदे दिल च जगह किवें बनाएंगी गॉड जी प्लीज हेल्प मी तुसी तां कुछ बोलना पुछना है नहीं मैं ही पुछ लैनी आ तुसी पुलिस फोर्स किवें जॉइन कीती बड़ी लंबी कहानी जद याद करदा तां रोंगटे खड़े हो जांदे पुरानी गल है मेरे पिता जी डाकू सी बड़ा छोटा जिहा सी उदों मैं पुलिस दा मुकाबला हो गया डाकूआं नाल पुलिस मुकाबले च डाकू मारे गए ते जिहड़े उह अफसर सी ਜਿਹੜੇ ਮੁਕਾਬਲੇ ਸ਼ਾਮਲ ਸੀ ਉਹਨਾਂ ਨੇ ਮੈਨੂੰ ਆਪਣੇ ਘਰੇ ਲਿਆ ਕੇ ਪੜ੍ਹਾਇਆ ਪੜ੍ਹਾ ਲਿਖਾ ਕੇ ਮੈਨੂੰ ਇਸ ਕਾਬਲ ਬਣਾਤਾ ਕਿ ਮੈਂ ਪੁਲਿਸ ਅਫਸਰ ਬਣ ਗਿਆ ਰੀਅਲੀ ਹਾਉ ਇੰਟਰਸਟਿੰਗ ਵਾਓ ਮੈਂ ਮਜ਼ਾਕ ਕਰਿਆ ਸੀ ਐਡੀ ਛੇਤੀ ਨਹੀਂ ਯਕੀਨ ਕਰੀਦਾ ਕਿਸੇ 'ਤੇ ਤੁਹਾਡਾ ਮੈਂ ਕਮਾਦਾ ਕਰਦਾ ਨਹੀਂ ਗੱਲ ਤਾਂ ਤੁਹਾਡੀ ਠੀਕ ਹੈ ਜਦੋਂ ਦਿਲ ਵਿੱਚੋਂ ਮੁੜ ਮੁੜ ਕੇ ਇੱਕੋ ਹੀ ਆਵਾਜ਼ ਆਵੇ ਕੀ ਕਰ ਲੈ ਯਕੀਨ ਤੇ ਫਿਰ ਕਰਨਾ ਪੈਂਦਾ ਥੈਂਕ ਯੂ ਵੈਲਕਮ ਬਾਏ ਬਾਬਾ ਐਕਸਕਿਊਜ਼ ਮੀ ਯਾ ਸ਼ਹਿਰ 'ਚ ਇੰਨੇ ਕ੍ਰਾਈਮ ਨੇ ਅੱਜ ਕੱਲ੍ਹ ਜੇ ਮੈਨੂੰ ਕੋਈ ਪ੍ਰੋਬਲਮ ਆਵੇ ਤਾਂ ਕਿਹੜੇ ਨੰਬਰ 'ਤੇ ਫੋਨ ਕਰਾਂ 100 ਨੰਬਰ 'ਤੇ मैं तो हाड़ा नंबर मांग रही हूँ वैसे पुलिस वाले का नंबर नहीं मांगी था थैंक यू बाबा पंगी गल की गल है नूर दे पापा सतवंत एक कुछ फोटो आई ने अपनी नूर दे रिश्ते लिए अच्छा पर मैनू विखाण दा की फायदा नूर नू विखायो जिने व्याह करना है ओनू दिखाऊं दा की फायदा रिजेक्ट ही करनी है मैनू ही कुछ करना पो ए सब तेरे लाड प्यार करके हो रहा है हुन केड़ी गल ते बहस हो रही है लो आ गई तुहाडी लाडली हुन एदे नाल सारी गल कर लो आ गया मेरा पुत जी किद्दा दा रहा व्याह 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 तो बहुत वधिया सी अच्छा इस व्याह नू तां मैं कदे भुल ही नहीं सकदी तेरा व्याह भी ऐसा करांगे कि दुनिया भुलेगी नहीं बस तू एक बार या फोटो पसंद कर फोटो पापा जी मैं जे व्याह नहीं करवाना मां तुसी बोलो ना पर बेटा दीदी फोटो चलो मेरे नाल की होया मैं थोड़े ना गाल करनी है चलो ना पर होया की चलो ना चलो 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 की है दीदी कौन ने हो कौन कौन है ओही जिन्हां दा नंबर ले तुसी हुणे तू देखिया सी नहीं टीवी ते आ रहा सी मैं देखिया ताही ता पूछ रही हैं ओ ता एसपी सिद्धू ने एसपी मतलब मेरे होन वाले जीजू पुलिस च ने जीजू ऐदा दा कुछ नहीं है एक मिनट
सच्ची ऐदा दा कुछ नहीं है? सच्ची ऐदा दा कुछ भी नहीं है। रहन दो दीदी, कुछ ते जरूर है। चली। भाई मैनू थोड़ी तालियां दी कोई लोड़ नहीं है। मैं चाहना कि साडा यह हलका पंजाब दा सब तो खुशहाल ते सब तो अमनो शांति वाला हलका बने। क्राइम नू ठल पाई जावे ते नशे नू खास कर नशे नू जड़ों कटिया जावे। तुहानू भी हर किस्म दे जुर्म दे खिलाफ अपनी आवाज़ नू उठाना चाहिए ते जे तुहानू लगदा कि थोड़ी आवाज़ नू दबाया जा रहा है तुसी मेरे कोल आओ। ये मेरी गारंटी है, मैं थोड़ी आवाज़ सरकार तक पहुँचा के रहूँगा। बाकी ये है कि हर कोई अपने लेवल ते काम करता ते मैं भी अपने लेवल ते ही काम करना। साढ़े हल्के जो जेड़े प्राइमरी स्कूल्स हैं उन्होंने मिड डे मील्स उन्होंने लिए अनाज भेजना चाहना ते हुणे निक्की जी भेंट आ 10 लाख रुपए की प्यारे बच्चों लिए इस प्राइमरी स्कूल लिए। सरपंच जी मैं चाहता तुसी प्लीज़ इधर आओ ते इनू कबूल करो। ये निक्की जी भेंट है मेरे वालों। सत श्रीकाल जी। कुछ लाख रुपए, कुछ अनाज दिया बोरियां, मिठिया मिठिया गल्लां, ये बहुत होंदिया ने किसी नू हीरो बनाने नू। जे तू उत्थे होंदा ना नछत्तर तैं देखना सी। ओ आ गया भी साहब आ गए। ओ आ गए जी MP साहब आ गए। कुछ नहीं हो सकता सड़िया का। नखी हुआ वो यार तू टेंशन कानू लेंदा। देख मैं तो MP बनना बनना ठीक है ना, तो जिदन मैं बन गया MP तैं देखी मैं तेनू तेरे मुंडे नू कित्थे पहुँचा देना। चक ला कोई नहीं, जदों दिल नू अग लगी होवे ना ओ दिलासियां दे ठंडे छिट्टियां नाल नहीं बुझदी। दरबारे तू नवां नवां MP बन लगे ना, मैं इस खेड दा पुराना खिडारी हाँ। ये ओह खिडारी ने जिन्हां दे पुत नू ओह SP शरेआम सड़क तो कुड़दा होया ठाणे लै गया, पर इन्हां तो कुछ नहीं होया। ते अंकल जी जो इन्हां दी बेइज्जती कीती गई ना ठाणे दे अंदर तुसी सोच भी नहीं सकते, पर फिर भी इन्हां ने कुछ नहीं कहा। एडे महान ने मेरे बापू जी। ओए पुत्र जी करन नूं तां मैं बहुत कुछ कर सकदा सी, पर इस वेले मेरे हथ इलेक्शन कंपेन ने बन्ने होए ने, नहीं तां उस SP नूं मैं उसे चौराहे च खड़ा करके गोली मरवा दिंदा। ओए नहीं यार नछत्तर, फिर तू भाई बंदूक लैके जंगल दे अंदर वड़ के ऐदा शेरां दा शिकार करी दा हुंदा, कुत्तियां दा नहीं वीरे। दरबारा त्या अज इन्हू तू कुत्ता समझ रहा है ना? ओ साला मेरा शेर है शेर। अच्छा चलो ठीक है शेर ही सही, तेनू तो पता ही है नछत्तर दरबारा दा शेर नू भी कुत्ता बना के गेट दे मुरे खड़ा दिंदा। DIG नू फोन ला चल। हेलो हाँ जी सरकार, दरबारा बोल दा। मिस्टर सिद्धू। यस सर। वैसे घुमा फिरा के गलता मैनू करनी नहीं आती, सो लेट्स कम टू द पॉइंट। देखो आपा सारे इस सिस्टम दा हिस्सा हाँ, जिवें जिवें इस सिस्टम चलेगा उवें उवें सानू भी नाल चलना पएगा। इट्स लाइक अ मशीन जिहदा एक पुर्जा दूसरे पुर्जे नू चलाउंदा है ते दूसरा तीसरे नू। हुकम सर। उजा भाई इस तरह की दरबारा सिंह की सिक्योरिटी का रिव्यू करने वास्ते एक बारी तो तेन जाना ही पैना। सर गल तो खासी घूम फिर की पर आ गई टिकाने ते, वैसे भी दरबारे नाल तो मेल होने ही सी। की मतलब? नथिंग सर, थोड़ा SMS आ गया। ओ ओके सर।
ਤੇਰਾ ਤੂੰ ਹੈ ਐਸਪੀ ਸਿੱਧੂ ਬਈ ਬੜੀ ਹਵਾ ਸੁਣੀ ਤੇਰੀ ਅੱਜ ਕੱਲ ਆ ਨਛੱਤਰ ਬਰਾਗੇ ਸੀ ਕਹਿੰਦਾ ਮਿਲਣਾ ਮਿਲਣਾ ਮੈਂ ਕਿਹਾ ਮਿਲ ਲੈਂਦੇ ਹਾਂ ਦਰਬਾਰੇ ਦੇ ਦਰਬਾਰ 'ਚ ਤਾਂ ਸਾਰੇ ਆਉਂਦੇ ਮੱਥਾ ਟੇਕਣ ਤੂੰ ਆਇਆ ਨਹੀਂ ਤਾਂ ਤੈਨੂੰ ਬੁਲਾਉਣਾ ਪਿਆ ਤੇਰੇ ਅਸਰ ਨੂੰ ਘੂਰ ਕੇ ਪਹਿਲੇ ਕਦੇ ਕੀਤੀ ਆ ਚੌਂਕੀਦਾਰੀ ਚੌਂਕੀਦਾਰੀ ਕੀ ਹੋਇਆ ਮੈਂ ਤਾਂ ਐਵੇਂ ਡਰੀ ਜਾਂਦਾ ਸੀ ਹਾਂ ਜਾਗਰ ਸਿੰਘ ਰੰਧਾਵੇ ਦੀ ਰੰਧਾਵਾ ਬਠਿੰਡੇ ਵਾਲਾ ਉਹਦਾ ਤਾਂ ਪੁਲਿਸ ਮੁਕਾਬਲਾ ਹੋਇਆ ਸੀ ਮੈਂ ਹੀ ਮਾਰਿਆ ਸੀ ਤੁਸੀਂ ਟੈਨਸ਼ਨ ਛੱਡੋ ਚਿੰਤਾ ਕਰੋ ਮੈਂ ਬਾਹਰ ਹੀ ਬੈਠਾ ਸਾਲਾ ਬੜੀ ਫੀਲਿੰਗ ਲੈ ਗਿਆ ਉਹ ਬਿੱਲੋ ਪੁਲਿਸ ਨੇ ਤੜਕਾ ਲਾਉਣਾ ਹੈ ਅੰਡਿਆਂ ਦਾ ਡੈਡੀ ਬਣਾਉਣਾ ਹੈ ਅੱਜ ਪੈਗ ਨਾਲ ਪੈਗ ਟਕਰਾਉਣਾ ਹੈ ਅੰਡਿਆਂ ਦਾ ਡੈਡੀ ਬਣਾਉਣਾ ਹੈ ਕਿਵੇਂ ਸਵਾਦ ਬਣੇ ਸਾਲਿਆ ਲੂਣ ਤਾਂ ਪਾਲਾ ਉਹ ਹਾਂ ਸੱਚ ਫੜਾਈ ਕਿੱਥੇ ਆ ਦੱਸ ਇੱਕ ਲੱਤ ਹੋਰ ਪਾ ਕੁੱਤਾ ਨਹੀਂ ਬਣਾਇਆ ਮੁਰਗਾ ਦੋ ਹੀ ਹੁੰਦੀਆਂ ਨੇ ਦੂਜੀ ਕਿੱਥੇ ਆ ਦੂਜੀ ਲੱਕੜ ਦੀ ਪਾਈ ਹੋਈ ਸੀ ਤੇਰੇ ਮਾਸੜ ਨੇ ਸਾਲਿਆ ਅਸੀਂ ਨਹੀਂ ਖਾਣੀ ਉਹ ਦੱਸ ਮੇਰੀ ਇੱਕ ਗੱਲ ਸੁਣ ਯਾਰ ਤੇਰਾ ਲੱਤਾਂ ਵਾਲਾ ਰੌਲਾ ਨਹੀਂ ਮੁੱਕਿਆ ਯਾਰ ਇੱਥੇ ਤੂੰ ਮੁਰਗੇ ਦੀਆਂ ਲੱਤਾਂ ਬਚਾਈ ਜਾਣ ਡਿਆ ਉੱਧਰ ਤੂੰ ਜੱਸੀ ਵਾਲੇ ਕੇਸ 'ਚ ਆਪਣੀਆਂ ਲੱਤਾਂ ਫਸਾਈ ਜਾਣ ਡਿਆ ਤੈਨੂੰ ਵਾਸਤਾ ਹੀ ਮੇਰੀ ਵਰਦੀ ਦਾ ਉਹ ਮੇਰਾ ਮੁਰਗਾ ਪੱਕਦਾ ਹੋ ਲੈਂਦੇ ਆ ਮੇਰਾ ਮੁਰਗਾ ਪੱਕਦਾ ਹੋ ਲੈਂਦੇ ਮੁਰਗਾ ਪੱਕਦਾ ਨਹੀਂ ਰੋਟੀ ਪੱਕਦੀ ਹੁੰਦੀ ਹੈ ਚੱਲ ਜੋ ਵੀ ਹੈਗਾ ਪੱਕਦਾ ਹੋ ਲੈਂਦੇ ਯਾਰ ਗੱਲ ਸੁਣੋ ਜਨਾਬ ਜੱਸੀ ਹਾਮੀ ਤਾਂ ਮੈਨੂੰ ਭਰਦੀਆਂ ਹੈ ਇਹ ਸਾਲਾ ਬਿਨਾਂ ਗੱਲ ਤੋਂ ਹੀ ਪ੍ਰਾਹੁਣਾ ਬਣਿਆ ਫਿਰਦਾ ਉਹ ਇਹ ਦਿਲਾਂ ਦੇ ਮਾਮਲਿਆਂ ਦਿਲਾਂ ਦੇ ਇੱਥੇ ਵਰਦੀ ਦਾ ਰੋਬ ਨਹੀਂ ਚੱਲਣਾ ਉਹ ਹਾਂ ਸੱਚ ਤੁਹਾਨੂੰ ਵਰਦੀ ਦੀ ਦੱਸਾਂ ਉਹ ਆਪਣੇ ਵਾਸਤੇ ਤਾਂ ਖਾਕੀ ਰੰਗ ਹੋਵੇ ਚਾਹੇ ਪੀਲਾ ਰੰਗ ਹੋਵੇ ਆਪਾਂ ਤਾਂ ਜੇਬਾਂ ਭਰਨ ਵਾਸਤੇ ਪਾਈ ਫਿਰਦੇ ਹਾਂ ਪਰ ਵਰਦੀ ਦੀ ਅਸਲੀ ਚਮਕ ਤਾਂ ਅੱਜ ਵੇਖੀ ਹੈ ਅੱਛਾ ਐਸ ਪੀ ਸਾਹਿਬ ਨੇ ਦਰਬਾਰੇ ਦੀਆਂ ਪੂਛਾਂ ਚਕਾਤੀਆਂ ਦਰਬਾਰਾ ਤਾਂ ਫਿਰ ਇਹ ਭਿਆਂ 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 ਕਰਦਾ ਨਾਲੇ ਮੈਂ ਤਾਂ ਸੁਣਿਆ ਬਈ ਦਰਬਾਰੇ ਨਾਲ ਬੰਦੇ ਹੀ ਬਹੁਤ ਹੈ ਸੁਸਰੀ ਵਾਂਗ ਸੌਂਗੇ ਕੁਸਕਿਆ ਨਹੀਂ ਕੋਈ ਐਸ ਪੀ ਸਾਹਿਬ ਤਾਂ ਜ਼ਮੀਨ ਜਾਇਦਾਦ ਦੇ ਮਾਲਕ ਨੇ ਜਿੰਨੀ ਮਰਜ਼ੀ ਦਲੇਰੀ ਦਿਖਾਈ ਜਾਣ ਕਿ ਮਲਕੀਤ ਜੀ ਸਰ ਕੀ ਗੱਲ ਹੋਈ ਕੁਛ ਨਹੀਂ ਯਾਰ ਕਬੀਲਦਾਰੀ ਸਾਲੀ ਬੰਦੇ ਦੀ ਭਿਆਂ ਬੁਲਾ ਦਿੰਦੀ ਹੈ ਮਰਨ ਨੂੰ ਜੀ ਕਰੀ ਜਾਂਦਾ ਹੈ ਸਰ ਐਡੀ ਕਿਹੜੀ ਗੱਲ ਹੋ ਗਈ ਬੇਟੀ ਦੀ ਅੰਗੇਜਮੈਂਟ ਕੀਤੀ ਸੀ ਉਹ ਕਹਿੰਦੇ ਕੁੜੀ ਦਾ ਪਿਓ ਥਾਣੇਦਾਰ ਲੱਗਿਆ ਹੁਣ ਆਲਟੋ ਨਹੀਂ ਚਾਹੀਦੀ ਸਵਿਫਟ ਚਾਹੀਦੀ ਹੈ ਕੀ ਕਰੀਏ ਇੱਧਰ ਸਾਡੇ ਸਾਹਿਬ ਨੇ ਇਹ ਕਹਿੰਦੇ ਇਮਾਨਦਾਰੀ ਦੀ ਪੂੰਛ ਫੜ ਲਓ ਘੁੱਟ ਕੇ ਸਰ ਤੁਸੀਂ ਫਿਕਰ ਨਾ ਕਰੋ ਸਭ ਠੀਕ ਹੋ ਜੂ ਸਰ ਜੀ ਸਰ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਚਾਹੁੰਦਾ ਸਰ ਕੱਲ੍ਹ ਰਾਤੀਂ ਮਲਕੀਤ ਸਿੰਘ ਜੀ ਥੋੜ੍ਹਾ ਪਰੇਸ਼ਾਨ ਸੀ ਉਹਨਾਂ ਦੀ ਬੇਟੀ ਦਾ ਰਿਸ਼ਤਾ ਪੱਕਾ ਹੋਇਆ ਸੀ ਮੁੰਡੇ ਵਾਲੇ ਸਵਿਫਟ ਕਾਰ ਮੰਗਦੇ ਆ ਦਾਜ 'ਚ ਸਰ ਮੈਨੂੰ ਟੈਨਸ਼ਨ ਆ ਕਿ ਉਹ ਗਲਤ ਕਦਮ ਨਾ ਚੁੱਕ ਲੈਣ ਮਲਕੀਤ ਸਿੰਘ ਇੰਨੇ ਸਾਲਾਂ ਤੋਂ ਲੋਕਾਂ ਨੂੰ ਲੁੱਟ ਰਿਹਾ ਕਾਰ ਜੋਗੇ ਵੀ ਨਹੀਂ ਜੁੜੇ ਜਿਹੜਾ ਕਰੂਗਾ ਉਹ ਭਰੂਗਾ ਲਓ ਵੀ ਜਵਾਨੋ ਕਰੋ ਮੂੰਹ ਮਿੱਠਾ ਬਹੁਤ ਬਹੁਤ ਮੁਬਾਰਕਾਂ ਸਰ ਪਹਿਲਾਂ ਤੁਸੀਂ ਮੂੰਹ ਮਿੱਠਾ ਕਰੋ ਜੀ ਓਏ ਛਕੋ ਛਕੋ ਤੁਸੀਂ ਸਰ ਜੀ ਕੱਲਾ ਮੂੰਹ ਮਿੱਠੇ ਨਾ ਨਹੀਂ ਸਰ ਨਾ ਮਾਸਾ ਕੌੜਾ ਵੀ ਕਰਾਉਣਾ ਪੈਣਾ ਓਏ ਕੌੜਾ ਵੀ ਹੋਜੂ ਗਰਮੇਲ ਸਿਆਂ ਪਹਿਲਾਂ ਮਿੱਠਾ ਤਾਂ ਕਰੋ ਯਾਰ ਮੈਂ ਵੀ ਹਾਂ ਲੈ ਬਾਈ ਤੂੰ ਤਾਂ ਭਾਵੇਂ ਅੰਮ੍ਰਿਤ ਹੀ ਖਾਧੀ ਹੋਵੇ ਡਕਾਰ ਤਾਂ ਨਿੰਬੂ ਪਾਣੀ ਦੇ ਹੀ ਮਾਰਨੇ ਆ ਦੱਸ ਜਿੰਨੀ ਦੇਰ ਤੱਕ ਉੱਪਰਲੀ ਕਮਾਈ ਦੇ ਲੱਡੂ ਨਾ ਹੋਣ ਨਾ ਸਾਲੇ ਫਿੱਕੇ ਫਿੱਕੇ ਲੱਗਦੇ ਆ ਮੈਡਮ ਤੁਸੀਂ ਇੱਕ ਕੰਮ ਹੀ ਕਰੋ ਇਹਨੂੰ ਮਾਸਾ ਮਿੱਠਾ ਹੀ ਕਰ ਦਿਓ ਮਿੱਠਾ ਤਾਂ ਹੋਣਾ ਨਹੀਂ ਕਹੋ ਤਾਂ ਅੰਦਰੋਂ ਪਟਾ ਕਰਾਰਾ ਕਰਕੇ ਲਿਆਵਾਂ ਨਹੀਂ ਨਹੀਂ ਕਰਾਰਾ ਕਰੂਰਾ ਕੋਈ ਨਹੀਂ ਕਰਨਾ ਯਾਰ ਉਹਨਾਂ ਗੈਸ ਬਣਦੀ ਆ ਉਹ ਜਨਾਬ ਤੁਸੀਂ ਜਾ ਕੇ ਸਿੱਧੂ ਸਾਹਿਬ ਦਾ ਮੂੰਹ ਮਿੱਠਾ ਕਰਾ ਕੇ ਆਓ ਉਹ ਛੱਡ ਯਾਰ ਅੰਦਰ 35 ਦਾ ਸਵਾਲ ਪੁੱਛਣਗੇ
ਨਾਲੇ ਵੱਡੇ ਅਫਸਰ ਆਪਣੀਆਂ ਖੁਸ਼ੀਆਂ 'ਚ ਕਾਹਨੂੰ ਸ਼ਾਮਿਲ ਹੁੰਦੇ ਆ। ਛੱਡ ਸਰ ਜੀ, ਇਸ ਗੱਲ ਦਾ ਤੁਹਾਨੂੰ ਨਹੀਂ ਪਤਾ, ਸਿਰਫ ਮੈਨੂੰ ਪਤਾ। ਜੇ ਅੱਜ ਤੁਹਾਡੀ ਬੇਟੀ ਦਾ ਰਿਸ਼ਤਾ ਉੱਥੇ ਪੱਕਾ ਹੋਇਆ ਨਾ, ਇਹ ਸਿੱਧੂ ਸਾਹਿਬ ਕਰਕੇ ਹੋਇਆ। ਸੱਚ? ਉਹ ਸਰਦਾਰ ਜੀ, ਅਸੀਂ ਤੁਹਾਨੂੰ ਪਛਾਣਿਆ ਜੀਗਾ। ਲਾਂਡਰਾਂਗੇ ਸਰਪੰਚ। ਸਰਦਾਰ ਜੀ, ਸੋਢੀ ਸਾਹਿਬ ਕੇ ਖਾਸ ਮਿੱਤਰੋਂ ਮੈਂ। ਕਰੋੜਪਤੀ? ਕਰੋੜਪਤੀ? ਅਰਪਤੀ? ਅੱਛਾ ਜੀ, ਜੀ ਆਇਆਂ ਨੂੰ ਜੀ, ਜੀ ਆਇਆਂ ਨੂੰ। ਹਾਂਜੀ, ਦੱਸੋ ਕਿੱਦਾਂ ਤਸ਼ਰੀਫ ਲੈ ਕੇ ਆਏ? ਤਵਾਂ ਕਿਆ ਕਹਿ ਜਾਈਏ ਸ਼ਾਦੀ ਮਾਂ? ਨਹੀਂ ਨਹੀਂ ਜੀ, ਵੀ ਡੋਂਟ ਵਾਂਟ ਐਨੀਥਿੰਗ। ਚਿਕੂ ਚੁੱਪ ਕਰ, ਘਰ ਆਈ ਲਕਸ਼ਮੀ ਨੂੰ ਕੋਈ ਰੋਕਦਾ ਨਹੀਂਗਾ। ਤਵਾਂ ਕੌਣ ਸੀ ਗੱਡੀ ਜਾਈਏ? ਪਾਪਾ, ਆਪਾਂ ਗੱਡੀ ਕੀ ਕਰਨੀ ਹੈ? ਚੁੱਪ ਕਰ ਚਿਕੂ, ਮਮਾ ਹੈ ਨਾ ਗੱਡੀ ਚਲਾਉਣ ਲਈ। ਮਮਾ? ਤਵਾਂ ਉਹ ਤਾਰੇ ਵਾਲੀ ਜਾਈਏ। ਬਾਪੂ ਗਰੰਟੀ ਬੰਦੇ ਹੀ ਕੋ ਨਾ, ਮੈਂ ਬਾਤਾਂ ਕਰਾਂ ਜੇਲ ਕੀ। ਨਹੀਂ ਬਾਪੂ ਜੀ, IPS, IPSS ਦਾ ਕੀ ਮਤਲਬ? ਮਤਲਬ ਇੰਡੀਅਨ ਪੁਲਿਸ ਸਰਵਿਸਿਸ। ਇੰਦਰਪਾਲ ਸਿੰਘ ਸਿੱਧੂ ਸਾਹਿਬ, SP। ਦਾਜ ਲੈਣਾ ਤੇ ਦੇਣਾ ਕਾਨੂੰਨ ਜੁਰਮ ਹੈ। 101 ਰੁਪਇਆ ਪਾਓ ਤੇ ਗੁੱਡੀ ਨੂੰ ਵਿਆਹ ਕੇ ਲਿਆਓ। ਲਿਆਵਾਂਗੇ। ਓ ਚਿਕੂ, ਉਹ ਜਨਾਬ ਦਾ ਜੱਡਾ ਵੱਡਾ ਅਹੁਦਾ ਹੈ ਨਾ, ਓਡਾ ਵੱਡਾ ਹੀ ਦੇ ਲਿਆ। ਪਹਿਲਾਂ ਜਾ ਕੇ ਉਹਨਾਂ ਦਾ ਮੂੰਹ ਮਿੱਠਾ ਕਰਾ ਕੇ ਆਓ। ਮੇ ਆਈ ਕਮ ਇਨ ਸਰ? ਯੈਸ ਸਰ। ਤੁਹਾਡੀ ਮਿਹਰਬਾਨੀ ਨਾਲ ਬੇਟੀ ਦਾ ਰਿਸ਼ਤਾ ਬਿਨਾਂ ਕਿਸੇ ਡਿਮਾਂਡ ਤੋਂ ਤੈਅ ਹੋ ਗਿਆ। ਆਹ ਲਓ ਜਨਾਬ, ਮੂੰਹ ਮਿੱਠਾ ਕਰੋ। ਇਹ ਪੁਲਿਸ ਡਿਪਾਰਟਮੈਂਟ ਵੀ ਆਪਣਾ ਪਰਿਵਾਰ ਹੀ ਹੈ, ਆਪਣੀਆਂ ਖੁਸ਼ੀਆਂ ਗਮੀਆਂ ਸਾਂਝੀਆਂ। ਤੁਹਾਡੀ ਬੇਟੀ ਮੇਰੀ ਵੀ ਭਤੀਜੀ ਲੱਗਦੀ ਹੈ, ਮੂੰਹ ਮਿੱਠਾ ਕਰੋ। ਸਰ, ਮੈਂ ਪੂਰੇ 25 ਸਾਲ ਪੁਲਿਸ ਡਿਪਾਰਟਮੈਂਟ ਦੀ ਨੌਕਰੀ ਬੇਈਮਾਨੀ ਨਾਲ ਕੀਤੀ, ਪਰ ਤੁਹਾਡੇ ਵੱਲ ਵੇਖ ਕੇ ਮੈਨੂੰ ਅਹਿਸਾਸ ਹੋਇਆ ਮੈਨੂੰ ਇੰਜ ਨਹੀਂ ਸੀ ਕਰਨਾ ਚਾਹੀਦਾ। ਕੰਮ ਕੋਈ ਵੀ ਹੋਵੇ ਸਰਦਾਰ ਜੀ, ਇਮਾਨਦਾਰੀ ਤੇ ਸੱਚਾਈ ਤੋਂ ਬਿਨਾਂ ਬੇਮਾਨੇ ਹੁੰਦਾ। ਲੋੜ ਪੈਣ ਤੇ ਤੁਹਾਡੀ ਇਹ ਸੋਚ ਲਈ ਮੈਂ ਆਪਣੀ ਜਾਨ ਵੀ ਵਾਰ ਦਿਆਂਗਾ। ਤੁਸੀਂ ਇਹ ਮਠਿਆਈ ਮੈਨੂੰ ਦਿੰਦੇ ਜਾਓ ਤੇ ਬੇਟੀ ਦੇ ਵਿਆਹ ਦੀ ਖੁਸ਼ੀ ਗਰੀਬ ਬੱਚਿਆਂ 'ਚ ਜਾ ਕੇ ਸਾਂਝੀ ਕਰੋ। ਥੈਂਕ ਯੂ ਸਰ, ਥੈਂਕ ਯੂ ਵੈਰੀ ਮੱਚ। ਸਰ, ਆਹ ਲਫੰਗੇ ਦਾਰੂ ਪੀ ਕੇ ਬਾਜ਼ਾਰ 'ਚ ਰੇਸਾਂ ਲਾ ਰਹੇ ਸੀ। ਹਾਂ, ਸਤਿ ਸ਼੍ਰੀ ਅਕਾਲ ਜਨਾਬ। ਇਹ ਕੰਮ ਨਹੀਂ ਚੱਲਣਾ ਉਰੇ। ਉਹ ਮਾਫ ਕਰ ਦਿਓ ਇਹਨਾਂ ਨੂੰ, ਇਹ ਤਾਂ ਪਾਗਲ ਬੱਚੇ ਨੇ। ਹੈਂ, ਦਾਰੂ ਪੀ ਕੇ ਗੱਡੀ ਚਲਾਉਣਾ? ਸਰ, ਜੋ ਇਹ ਕੰਮ ਨਹੀਂ ਚੱਲਣਾ ਉਰੇ, ਸੁਣ ਲਿਆ? ਛੱਡ। ਫਿਰ ਲੱਗਦਾ ਰੂਟ ਪੌਦਾ ਮਹੀਨਾ ਬਿੱਲੋ ਚੌੜੇ ਕਲਬੂਤ ਭੁੱਖੇ ਪਾਣੇ ਪੁਲਸੀਏ ਸੜਕਾਂ ਤੇ ਖੜਦੇ ਜੇ ਚੱਕੀਏ ਨਾ ਡਾਂਗ ਚੋਰ ਮੋਰਾਂ ਉੱਤੇ ਚੜਦਾ ਜੇ ਮਾਰੀਏ ਨਾ ਛੱਕੇ ਫਿਰ ਸਕੋਰ ਨਹੀਂ ਉਹ ਹੁੰਦਾ ਹਰ ਇੱਕ ਪੁਲਸੀਆ ਚੋਰ ਨਹੀਂ ਉਹ ਹੁੰਦਾ ਹਰ ਇੱਕ ਪੁਲਸੀਆ ਚੋਰ Oh,
सरकार ठाणे आपे चलाओ वड्डे साहब जी नूं उत्ते महीना चढ़ाओ जिले दे हिसाब नाल चलदा ए रेट ओए पैसे नाल चलदा ए पुलिस दा पेट हो ही जावे बदली बंदा बोर नहीं ओ हुंदा हर एक पुलिसिया चोर नहीं ओ हुंदा एक पुलिस या चोर नहीं ओ हुंदा अद्धी पुलिस करे राखी सरकार दी मीडिया दी अख नू भी खूब है बचार दी दुश्मनी माड़ी माड़ी है यारी सिस्टम ने बनाती और पुलिस बेचारी बेवजह बंदा कोई कठोर नहीं होंदा हर एक पुलिस या चोर नहीं होंदा हर एक पुलिस या चोर नहीं होंदा रहगी गुड्डिया बिना इंदर इंदर पुत्र एदा भी व्याह होए ना ते मेरे सिर तो पार कटे एक तो मेरी गल नहीं सुनता एक तो ये फोन भी बचते रहते इंदर तेरा फोन है पुत्र हाय रब्बा हेलो हेलो कौन मैं इंदर दी माँ बोलती हाँ तू कौन कुड़े माँ जी पैरी पहनी हाँ पैरा नु छड़ पहला ये दस तू कौन बोल दी है मैं डॉक्टर नूर इंदर दी दोस्त इंदर दी दोस्त ये इंदर का तो कुड़िया नाल दोस्ती करन लग पया अच्छा अपना नाम तो दस कुड़िए जी डॉक्टर नूर एल एक पासे तो तू इंदर दी दोस्त उत्तों तू डॉक्टर ते माँ इधर गुड्डिया दे दर्द नाल मरी जाती है पुत्र इंदर कोल तो टाइम है नहीं तू ही आ जा कित्थे माँ जी करे गोड्यां दे इलाज लई ठीक है मैं हुणे आई चल आ जा सच्ची इस गोड्यां दी पीड़ ने तो मैनू मार सुट्टिया हुण किवें लग रहा माँ जी हाँ पुत्र हुण ठीक लग रहा हेलो डॉक्टर हैगी है इलाज ही करूगी कोई टिंडो दी सब्जी थोड़ी बनाऊगी चल पुत्तर तू कुट्टी जा लगता जी माँ जी माता जी ये तो पैर क्यों कटवाई जाने हो ना ये दे तो ना कटावा ता होर के तो कटावा मेरी केड़ी इत्थे नू बैठी हुई है मेरी ता आही नू वर्गी है माँ जी तुसी नू लेके क्यों नहीं आंदे नू किन्नू लेके आवा मेनू कहंदा है मेरे तो हाथ च व्याह दी लकीर ही नहीं हैगी पर माँ जी तुहाडे हाथ विच ता लकीर हैगी या नू वाली सच्ची ते ले आओ कोई जल्दी जी सोनी जी कुड़ी मेरे वर्गी मेरे वर्गी तेरे वर्गी क्यों एदे च की कमी है सोनी है बड़ी लिखी है डॉक्टर है होर आपां नूं की चाहिदा है ते माँ जी पैर भी दबांदी है हाँ गल ना दबदे किते माता कित्या शैल च भी ला गभरू कित्या गिटक जी चल धीए खड़ी होई जरा इहदे नाल देखा किड्डी सोहणी लगदी है जोड़ी मैं हाँ नहीं नहीं माँ जी कोई नहीं चल ठीक है शर्मा ना तीए उठते सही मैं देखा तो सही चल भी होने ठीक है तुसी कह रहे हो तो ठीक है माँ जी आए हाय वारी जावा तो अड़े तो
किन्नी सोहनी जोड़ी लगती है, नजर ही ना लग जाए सच्ची। बहुत जरूरी है, पर आज ये खाना मासूम बच्चियां दी जान दा दुश्मन बन गया। जिवें कि तुहानू पता है, आज सवेर तो ही मैक्स हॉस्पिटल विच लगातार सरकारी स्कूल दे बच्चियां नू भर्ती कीता जा रहा है। बच्चियां दी हालत बहुत ही गंभीर है। बच्चियां दी ए हालत मिड डे मील खान करके हुई है, अते मिड डे मील दा सारा अनाज मशहूर समाज सेवी अते बिजनेसमैन दरबारा सिंह जी ने पिछले दिन ही दान विच दित्ता सी। तुसी साडे चैनल नाल बने रहो, इस मामले दी सारी जानकारी असीं तुहानू दिंदे रहांगे। सब की लगता है। सीनियर डॉक्टर्स तो फूड पॉइजनिंग कह रहे ने, पर मैनू कुछ और लगता है। कर तेरा नाम तप्तीश ना आवे। जे आ गया फिर जेल दिया सीखां च तेरी जिंदगी दी रात इन्नी लंबी हो जूगी, फिर कदे सूरज नहीं चढ़ना। तू मौत मंगेगा, मैं तेनु मर नहीं देना। तू मैनु धमकी दे रहा? मौका बस तुसी भी ना सर, मैं थोड़ा एक छोटा जा काम कीता ते तुसी उस दे बदले इन्ने सारे पैसे भेज देते। आखिर मैं कीता की सी? बस यही ना के असली रिपोर्ट दी जगह ओ रिपोर्ट भेज दीती जिस विच लिखा सी के बच्चें दी मौत दा कारण फूड पॉइजनिंग है। डॉक्टर नूर, व्हाट इज दिस? ये की है? असली रिपोर्ट सर, जेड़ी साबित कर दी है कि जो बयान तुसी मीडिया दे सामने दिता सी ओ झूठ सी। तुसी झूठ बोलिया सर। ते बच्चियां दी मौत दा कारण फूड पॉइजनिंग नहीं बल्कि मिड डे मील विच मिलाई हुई ड्रग्स हैं। थोनू ते शर्म आनी चाहिदी है सर। मैं रिपोर्ट पुलिस ते मीडिया दोनों नु दिखावांगी। तू अजिहा कुछ नहीं करेंगी। मैं एदां ही करांगी सर। मैं उना मासूम बच्चियां दे हत्यारियां नु नहीं छड्डांगी सर। मैं उन्हें सजा दिलवा के रहांगी। जस्ट वेट एंड वॉच। और हाँ, उन्हें तो सजा मिलेगी सर, पर बचते तुसी भी नहीं। सर, तुसी सारा कुछ सुनते लिया ही होना। सर, मेरी नौकरी सर। मैनू तेरे ते गुस्सा आ रहा है। लखां रुपए की ड्रग तू बच्चियां दे मिड डे मील च मिला के क्यों वेस्ट कर रहे हैं? वेस्ट नहीं, इन्वेस्ट।
आ जड़े बच्चों से मैं लखा लाए हैं, कल बूटा लगन तो बाद इन्हें नहीं मैनू करोड़ वापस देने हैं। कहते हैं बच्चे देश का भविख होंगे, देश का तो सानू पता नहीं है पर साडा भविख जरूर बनाउण। ठंडे दिमाग तो कम ला, तू फोन और रख, मैं जीप्लस से चेक करता। ओके जीप्लस, ठीक है जीप्लस ऑन करता। दरबारा क्या सी ना भाई तेरा ना नहीं आना चाहिए, तेरी लंका टैगी भाई। आ जड़ी तेरी वर्दी है ना ए दम ते शेर ना बन, दरबारे नू हाथ लाने की गुस्ताखी ना कर, वर्दी भी गुमा बैठेगा रुतबा भी, समझ गया।
ਇਹ ਵਰਦੀ ਸ਼ੇਰਾਂ ਨੂੰ ਮਿਲਦੀ ਹੈ। ਰਹੀ ਗੱਲ ਗੁਸਤਾਖੀ ਦੀ, ਸਿੱਧੂ ਨੇ ਇੱਜ਼ਤ ਤੇ ਰੁਤਬਾ ਗੁਸਤਾਖੀਆਂ ਕਰਕੇ ਕਮਾਇਆ। ਤੇਰਾ ਖੇਲ ਖਤਮ ਹੋ ਗਿਆ, ਚਲੀਏ ਨਾਨਕੇ। मिस्टर जगरूप लिखो। जी सर। आईपीसी 21 कोकीन दी तस्करी, सतपाल लिखारी ते मासूम बच्चियां दा कतल, 302 बहुत उड़ लिया कबूतर, लियाओ दे पर कतरीए, देखी किते कच ना रह जे। बदमाशी ते इश्क भी कमाल दी चीज़ है, जदों लोड़ तो वध जानी है कमबख्त जान ले लेनी है। सौ जा, इत्थे किसे रशियन ने नहीं आना। खतरनाक है सब, टोकरी च भी फण चकदा। ਪੱਕੋ ਹੁਣ ਸਰ, ਪੁਲਿਸ ਨੇ ਤਾਂ ਧਾਰਾ 304 ਲਾਈ ਆ, ਉਹਦੇ 'ਚ ਬਰੀ ਕਰਾਉਣਾ ਤਾਂ ਕੋਈ ਵੱਡੀ ਗੱਲ ਨਹੀਂ, ਪਰ ਖਾਣ 'ਚ ਨਾਰਕੋਟਿਕਸ ਹੋਣ ਕਰਕੇ ਸੈਕਸ਼ਨ 22 NDPS 'ਤੇ ਲਾ ਦਿੱਤਾ ਆ। ਉਹਦੇ 'ਚ ਪੁਲਿਸ ਨੂੰ ਜੇ ਕੋਈ ਸਬੂਤ ਮਿਲ ਗਿਆ ਤਾਂ ਕਸੂਤਾ ਜਾ ਪੈ ਜੂਗਾ ਜੀ। ਮੈਂ ਤੁਹਾਡੀਆਂ ਧਾਰਾਂ ਧੁਰਾਂ ਤੋਂ ਧਾਰਾਂ ਲੈਣੀਆਂ ਨੇ? ਮੈਨੂੰ ਇਹ ਦੱਸੋ ਕਿ ਇਸ ਵਕਤ ਜ਼ਮਾਨਤ ਕਿਵੇਂ ਹੋ ਸਕਦੀ ਹੈ? ਪਰ ਸਰ, ਹੁਣ ਤਾਂ ਕੋਰਟ ਬੰਦ ਹੋ ਚੁੱਕੀ ਆ, ਕੱਲ੍ਹ ਸੈਕਿੰਡ ਸੈਚਰਡੇ ਦੀ ਛੁੱਟੀ ਹੈ, ਹੁਣ ਜੋ ਵੀ ਹੋਏਗਾ ਉਹ ਸੋਮਵਾਰ ਨੂੰ ਹੀ ਹੋਏਗਾ ਸਰ। ਫਿਰ ਤੁਸੀਂ 1 ਘੰਟੇ ਦੇ ਆ ਕਿਤਾਬਾਂ 'ਚ ਮੂੰਹ ਕਸੋੜ ਕੇ ਕੀ ਡਰਾਮਾ ਕਰ ਰਹੇ ਸੀ? ਹੈਂ, ਦਫਾ ਹੋ ਜਾ ਇੱਥੋਂ, ਆਊਟ। ਮੈਂ ਸਾਰੇ ਜ਼ੋਰ ਲਾ ਲਿਆ, ਸਵੇਰ ਤੱਕ ਤਾਂ ਜ਼ਮਾਨਤ ਹੁੰਦੀ ਦਿਸਦੀ ਨਹੀਂ, ਤੇਰਾ ਵੀ ਧੇਲੇ ਦਾ ਫਾਇਦਾ ਨਹੀਂ। ਗੱਲ ਨੂੰ ਸਮਝੋ, ਮੈਂ ਤਾਂ ਇੰਨਾ ਹੀ ਕਰ ਸਕਦਾ ਬਈ ਇਹਨਾਂ ਨੂੰ ਅੰਦਰ ਕੋਈ ਤਕਲੀਫ ਨਾ ਹੋਵੇ। ਬਹੁਤ ਅੜਬ ਹੈ, ਦੇਖਦਾ ਜੇ ਖਾ ਲੇ। ਦਰਬਾਰੇ ਖਾਣਾ। ਖਾਣਾ ਤਾਂ ਹੁਣ ਮੈਂ SSP ਦੇ ਹਿੱਕ ਤੇ ਬਹਿ ਕੇ ਖਾਊ। ਨਛੱਤਰ ਦੇਖ, ਤੇਰੀ ਇੱਜ਼ਤ ਦਾ ਸਵਾਲ ਹੈ, ਤੂੰ ਇੱਕ ਵਾਰ ਆਮੀ ਤਾਂ ਪਰ। ਮੈਂ ਹੁਣੇ ਬਠਿੰਡੇ ਵਾਲੇ ਨੇ ਮੈਨੂੰ ਫੋਨ ਲਾਉਣਾ, ਸਾਲੇ ਦੇ ਮੱਥੇ 'ਚ ਗੋਲੀ ਭਰਮਾਵਾਂਗੇ। ਗੋਲੀਆਂ ਤਾਂ ਜੰਗ 'ਚ ਚੱਲਦੀਆਂ, ਸਿਆਸਤ 'ਚ ਦਿਮਾਗ। ਪਾਗਲ ਹੈ ਸਾਲਾ, ਜਮਾਂ ਹੀ ਪਾਗਲ। ਸਮਝਦਾ ਕੀ ਹੈ? ਤੇਰੀ ਥੋੜੀ ਜਿਹੀ ਤਾਰੀਫ ਕੀ ਕਰ ਦਿੱਤੀ ਕਿ ਤੂੰ ਮੇਰੀ ਹੀ ਨੌਕਰੀ ਨੂੰ ਖਤਰੇ 'ਚ ਪਾਤਾ? ਓਏ, ਆਪਣੇ ਅਹੁਦੇ ਦੇ ਮੁਤਾਬਿਕ ਪਾਵਰ ਯੂਜ਼ ਕਰ। ਕੀ ਹੋਇਆ ਸਰ? ਬਗੈਰ ਵਾਰੰਟ ਤੋਂ ਦਰਬਾਰੇ ਨੇ ਤੂੰ ਅਰੈਸਟ ਕਿਵੇਂ ਕੀਤਾ? ਬਈ ਉੱਤੇ ਅਸੀਂ ਬੈਠੇ ਆ, ਸਾਨੂੰ ਪੁੱਛ ਕਿਹਨੂੰ ਫੜਨਾ ਹੈ ਤੇ ਕਿਹਨੂੰ ਛੱਡਣਾ ਹੈ। ਸਰ, ਮੇਰੇ ਕੋਲ ਗਵਾਹ ਮੌਜੂਦ ਹੈ। ਇਹ ਸਿਸਟਮ ਏਦਾਂ ਨਹੀਂ ਚੱਲਦਾ ਇੰਦਰਪਾਲ, ਜੋਸ਼ ਨੂੰ ਛੱਡ ਤੇ ਹੋਸ਼ ਤੋਂ ਕੰਮ ਲੈ। ਦਰਬਾਰੇ ਦੇ ਖਿਲਾਫ਼ ਕੋਈ ਠੋਸ ਸਬੂਤ ਹੈ ਤੇਰੇ ਕੋਲ? ਸਰ, ਉਹਦਾ ਨੇੜਲਾ ਸਾਥੀ। ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰ ਇੰਦਰ,
ਇਸ ਵੇਲੇ ਤੂੰ ਉਸ ਨੂੰ ਛੱਡ ਦੇ, ਸਾਡੇ ਤੇ ਬਹੁਤ ਪ੍ਰੈਸ਼ਰ ਹੈ। ਸਰ ਮੇਰੀ ਆਤਮਾ ਤੇ ਬਹੁਤ ਪ੍ਰੈਸ਼ਰ ਹੈ, ਮੈਂ ਛੱਡਣਾ ਨਹੀਂ ਚਾਹੁੰਦਾ। ਪਰ ਤੈਨੂੰ ਛੱਡਣਾ ਪਊ। ਸਰ ਤੁਸੀਂ ਲਿਖਤੀ ਆਰਡਰ ਦੇ ਦਿਓ, ਮੈਂ ਛੱਡ ਦੇਣਾ। ਤੇਰੀ ਇਸ ਜ਼ਿੱਦ ਨੇ ਸਾਡਾ ਸਭ ਦਾ ਬਹੁਤ ਨੁਕਸਾਨ ਕਰਨਾ ਹੈ। ਹੁਣ ਚੱਲਦੇ ਹਾਂ ਪੰਜਾਬ ਦੀ ਰਾਜਨੀਤੀ ਦੇ ਵੱਲ। ਐਸਪੀ ਸਿੱਧੂ ਦੁਆਰਾ ਬਿਜ਼ਨਸਮੈਨ ਤੇ ਸਮਾਜ ਸੇਵਕ ਦਰਬਾਰਾ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਸਟੇਟ ਦੀ ਰਾਜਨੀਤੀ ਵਿੱਚ ਖਲਬਲੀ ਮਚ ਚੁੱਕੀ ਹੈ। ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਕਾਨੂੰਨ ਇਨਸਾਫ ਦੀ ਜੰਗ ਜਿੱਤੇਗਾ ਜਾਂ ਰਾਜਨੀਤੀ ਆਪਣੇ ਆਪ ਨੂੰ ਸਹੀ ਸਾਬਤ ਕਰ ਪਾਊਗੀ। ਦਰਬਾਰਾ ਸਿੰਘ ਦੇ ਕਰੀਬੀ ਤੇ ਇਲਾਕੇ ਦੇ MLA ਨਛੱਤਰ ਸਿੰਘ ਸਾਡੇ ਨਾਲ ਫੋਨ ਤੇ ਮੌਜੂਦ ਨੇ। ਨਛੱਤਰ ਸਿੰਘ ਜੀ, ਕੀ ਕਹਿਣਾ ਚਾਹੋਗੇ ਤੁਸੀਂ ਇਸ ਬਾਰੇ ਚ? ਦੇਖੋ, ਇਹਦਾ ਮਤਲਬ ਇਹ ਨਹੀਂ ਹੈ, ਕਾਨੂੰਨ ਵਿਵਸਥਾ ਨਾਮ ਦੀ ਵੀ ਕੋਈ ਚੀਜ਼ ਹੁੰਦੀ ਹੈ। ਦਰਬਾਰਾ ਸਿੰਘ ਵਰਗੇ ਸੱਚੇ ਸੁੱਚੇ ਸਮਾਜ ਸੇਵੀ ਨੂੰ ਇਸ ਤਰ੍ਹਾਂ ਚੁੱਕ ਕੇ ਲੋਕਅਪ ਚ ਬੰਦ ਕਰ ਦਿੱਤਾ ਜਾਵੇ, ਇਸ ਤਰ੍ਹਾਂ ਦੀ ਹਰਕਤ ਅਸੀਂ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਾਂਗੇ। ਪਰ ਮਿਡ ਡੇ ਮੀਲ ਵੀ ਤਾਂ ਨਛੱਤ ਡੈਡ, ਉਸ ਡਿਪਾਰਟਮੈਂਟ ਸਿਆਸਤਦਾਨਾਂ ਦੀ ਦਖਲ ਅੰਦਾਜ਼ੀ ਬਹੁਤ ਜ਼ਿਆਦਾ। ਇਹੋ ਜਿਹੇ ਫਰੋਡ ਸਿਸਟਮ 'ਚ ਇਮਾਨਦਾਰੀ ਨਾਲ ਕੰਮ ਕਰਨਾ ਬਹੁਤ ਔਖਾ। ਇਮਾਨਦਾਰੀ ਅਤੇ ਅਸੂਲਾਂ ਨਾਲ ਕੰਮ ਕਰਨਾ ਹਰ ਡਿਪਾਰਟਮੈਂਟ 'ਚ ਔਖਾ। ਹਾਂ, ਜੇ ਜ਼ਮੀਰ ਮਾਰ ਕੇ ਕੰਮ ਕਰਨਾ ਹੋਵੇ ਤਾਂ ਹਰ ਕੰਮ ਸੌਖਾ। ਲੋੜਾਂ, ਮਜਬੂਰੀਆਂ, ਜ਼ਿੰਮੇਵਾਰੀਆਂ, ਕਿੰਨੇ ਬਹਾਨੇ ਲੋਕਾਂ ਕੋਲ ਝੂਠ ਬੋਲਣ ਲਈ। ਹਾਂ ਇੰਦਰ, ਜਦੋਂ ਮੈਂ ਪੁਲਿਸ ਡਿਪਾਰਟਮੈਂਟ 'ਚ ਹੁੰਦਾ ਸੀ ਨਾ ਤਾਂ ਬਿਲਕੁਲ ਤੇਰੇ ਵਰਗਾ ਹੁੰਦਾ ਸੀ, ਨਿਡਰ ਨਿਰਭੈ। ਫਿਰ ਤੇਰੀ ਮਾਂ ਮੇਰੀ ਜ਼ਿੰਦਗੀ 'ਚ ਆਈ, ਫਿਰ ਤੂੰ, ਮੋਹਦੀਆਂ ਤੰਦਾਂ ਜੁੜਦੀਆਂ ਗਈਆਂ। ਸ਼ਾਇਦ ਕਿਤੇ ਨਾ ਕਿਤੇ ਪ੍ਰਾਇਓਰਟੀਜ਼ ਚੇਂਜ ਹੁੰਦੀਆਂ ਗਈਆਂ, ਰਿਸ਼ਤੇ ਵਰਦੀ 'ਤੇ ਹਾਵੀ ਹੁੰਦੇ ਗਏ, ਮੇਰੇ ਪੈਰ ਥਿੜਕੇ ਸੀ ਇੰਦਰ। ਪਰ ਮੈਂ ਚਾਹੁੰਦਾ ਤੇਰੇ ਪੈਰ ਕਦੇ ਨਾ ਥਿੜਕਣ ਇੰਦਰ। ਇਹ ਜ਼ਿੰਦਗੀ ਵੀ ਬੜੀ ਗੁੰਝਲਦਾਰ ਹੈ ਬਈ। ਇੱਕ ਗੱਲ ਕਹਿਣੀ ਸੀ ਇੰਦਰ, ਮੈਂ ਆਪਣੇ ਪੁੱਤ ਨੂੰ ਬਹੁਤ ਪਿਆਰ ਕਰਦਾ ਤੇ ਉਹਦਾ ਖਿਆਲ ਰੱਖੀ। ਓਏ, ਕਿੱਥੇ ਆ ਤੇਰਾ ਸਾਹਿਬ? SP ਲਾ ਰੱਖੀ ਹੈ, ਮੇਰਾ ਯਾਰ ਇੱਕ ਚੁਟਕੀ 'ਚ ਬਾਹਰ ਜਾਊ। ਤੁਸੀਂ ਖੜੋ ਬਾਹਰ। ਇੰਦਰਪਾਲ, ਇੰਦਰਪਾਲ। ਅੱਛਾ, ਆਵਾਜ਼ ਨੀਵੀਂ ਕਰ ਓਏ ਸਫੈਦ ਪੋਸ਼, ਇੱਥੇ ਸਿਰਫ ਮੁਜ਼ਰਮ ਚੀਕਾਂ ਮਾਰ ਸਕਦਾ ਉੱਚੀ ਆਵਾਜ਼ 'ਚ। ਆ ਚੱਕ ਦਰਬਾਰੇ ਦੀ ਜ਼ਮਾਨਤ ਦੇ ਪੇਪਰ, ਜਿੰਦਾ ਖੋਲ। ਸਰ। ਓ ਬਈ ਕਾਕਾ ਜੀ, ਇੱਥੇ ਕੋਈ ਮਿਸਟਰ ਦਰਬਾਰਾ ਸਿੰਘ ਹੈ, ਉਹਨੂੰ ਛੱਡ ਦਿਓ। ਅੱਛਾ ਜੀ। ਜਿੰਨੇ ਤੂੰ ਸਾਥੋਂ ਹਾੜੇ ਕਢਵਾਏ ਨੇ ਨਾ SP, ਓਨੀਆਂ ਲੀਕਾਂ ਕੱਢਣੀਆਂ ਪੈਣਗੀਆਂ ਨੱਕ ਨਾਲ। ਦੁੜਕੀ ਹੋ ਜਾ ਓਏ, ਕਿਤੇ ਮੇਰਾ ਦਿਮਾਗ ਨਾ ਘੁੰਮ ਜੇ। ਪੇਪਰ ਸਾਰੇ ਓਕੇ? ਪੇਪਰ ਸਾਰੇ ਓਕੇ ਹੈ, ਠੀਕ ਹੈ। ਵਕੀਲ ਸਾਹਿਬ, ਤੁਸੀਂ ਬਸ ਸਾਈਨ ਕਰੋ। ਹਾਂਜੀ, ਲਿਆਓ। ਮਾੜੇ ਮੋਟੇ ਜਿਹੜੇ ਪੇਪਰ ਰਹਿ ਗਏ ਹੋਣਗੇ ਮੈਂ ਭਿਜਵਾ ਦੂੰਗਾ। ਸਰ, ਮਲਕੀਤ ਸਿੰਘ ਬੈਠੋ। ਸਰ ਮੈਂ ਕੁਝ ਕਹਿਣਾ ਚਾਹੁੰਦਾ। ਸਰ ਦਰਬਾਰੇ ਦੇ ਖਿਲਾਫ ਸਾਡੇ ਕੋਲ ਇੱਕੋ ਇੱਕ ਗਵਾਹ ਹੈ, ਉਹ ਹੈ ਡਾਕਟਰ ਨੂਰ। ਸਰ ਮੇਰਾ ਤਜਰਬਾ ਇਹ ਕਹਿੰਦਾ ਹੈ ਕਿ ਇਹੋ ਜਿਹੇ ਮੁਜਰਿਮ ਅਕਸਰ ਗਵਾਹਾਂ ਨੂੰ ਬਖਸ਼ਿਆ ਨਹੀਂ ਕਰਦੇ।
सर मेरा मतलब है कि क्यों ना आपां उन्हां नूं अपनी सिक्योरिटी दे दिए कानून तो बाहर जाके। मैनू खतरा लगता है, बाकी जिवें तुहाडी मर्जी। जज साहब, दरबारा सिंह एक शरीफ ते नेक इंसान है। असल विच इंद्रपाल सिंह उन्हां नूं नाजायज तंग कर रहे ने। इंद्रपाल ने मैनू भी धोखा दिता ते मेरे नाल व्याह दा झूठा वादा किया। मैं इन्हां दी हर गल मन्नी जज साहब, पर इन्हां ने मेरी कदर ही नहीं पाई। तेरा दिमाग दुरुस्त है, की बोली जाने है? बिल्कुल दुरुस्त है। तुसी जद तक व्याह लई हां नहीं करोगे ना, मैं तां एदां ही करूंगी। आखिर की कमी है मेरे विच यार, दसो ता। एक अधिक कमी ता होंदी होए। वेरी फनी। कमी ता कोई नहीं, डर लगता। किस गल दा डर लगता है इंदर? मैं कला तूफान है जिहड़ा जिहड़ा वड्डे वड्डे दरख्त पट देंदा। जे तो तू नाल है तां मैं हवा दा बुल्ला जिहड़ा गुलाब दे पत्ते भी नहीं चढ़ सकदा। तुसी एक बार मेरे ते ट्रस्ट तो करो प्लीज। मैं हर मुश्किल से थोड़ा पूरा साथ दूंगी। चल कह अपने प्यो नूं फिर, मुंडा आ रहा कुड़ी भी आउण। सच्ची? तू